ਇੱਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਤੇ ਜੇ ਵਿਹੜਾ ਹੀ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ। ਹੁਣ ਆਹ ਹਾਲ ਆਪਣੇ ਕੌਮ ਦਾ ਹੋਇਆ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਸਟਮ ਹੈ, ਜਿਹੜਾ ਸਕੱਤਰ ਹੁੰਦਾ, ਉਹ ਭਾਰਤੀ ਖੁਫੀਆ ਏਜੰਸੀਆਂ ਬਗੈਰ ਚੱਲ ਹੀ ਨਹੀਂ ਸਕਦਾ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖੁਫੀਆ ਏਜੰਸੀਆਂ ਦਾ ਭਾਰਤੀ ਨੈਟਵਰਕ ਦਾ ਪੂਰਾ ਇੱਥੇ ਐਨ ਪਕੜ। ਸਾਨੂੰ ਮੰਨ ਲੈਣਾ ਚਾਹੀਦਾ ਕਿ ਸਾਡੇ ਸਿੱਖ ਸੰਸਥਾਵਾਂ ਦੇ ਅੰਦਰ ਬੜੇ ਵੱਡੇ ਪੱਧਰ ਤੇ ਦਿੱਲੀ ਅਤੇ ਨਾਗਪੁਰ ਦੀ ਦਖਲਅੰਦਾਜ਼ੀ। ਜਦੋਂ ਆਹ ਬੇਅਦਬੀਆਂ ਹੋਈਆਂ, ਜਿਹੜੇ ਇਹ ਮੁਕਤਸਰ ਗਿੱਦੜਬਾਹਾ ਸਾਰੀ ਜਿਹੜੀ ਬਠਿੰਡੇ ਤੇ ਕਰਾ ਸਾਰੀ ਬੈਲਟ ਵਨ ਜੀ ਮੋਗੇ, ਇਸ ਇਲਾਕੇ ਦੇ ਜਿੰਨੇ ਅਕਾਲੀ ਦਲ ਬਾਦਲ ਦੇ ਛੋਟੇ ਵੱਡੇ ਆਗੂ ਨੇ, ਇਹਨਾਂ ਸਾਰਿਆਂ ਨੇ ਉਦੋਂ ਪੰਥਕ ਜਜ਼ਬਾਤ ਦੇ ਉਲਟ ਭੁਗਤ ਕੇ ਡੇਰਾ ਸਰਸਾ ਵਾਲੇ ਮਸਲੇ ਚ ਸਿੱਖੀ ਅਤੇ ਸਿੱਖਾਂ ਦਾ ਘਾਣ ਕੀਤਾ। ਹੁਣ ਬੜਾ ਅੱਜ ਕੱਲ੍ਹ ਬੋਲਦੇ ਆ ਟੀਵੀ ਚੈਨਲਾਂ ਵਾਲੇ ਕਰੇ ਜਾਂਦੇ ਆ ਤੇ ਉਹਨਾਂ ਕੋਲੇ ਆਪਦਾ ਪੱਖ ਦੱਸਦੇ ਆ ਵੀ ਅਸੀਂ ਤਾਂ ਬੜੇ ਵਧੀਆ ਬੰਦੇ ਆ ਜੀ, ਇਹ ਤਾਂ ਬਾਦਲ ਪਰਿਵਾਰ ਹੀ ਮਾੜਾ ਜਿਹੜਾ ਸਾਨੂੰ ਲੈ ਕੇ ਬਹਿ ਗਏ। ਸਿੱਖ ਇਤਿਹਾਸ ਵਿੱਚ ਕੋਈ ਇਹੋ ਜਿਹੇ ਬੰਦੇ ਦੇਖੇ ਆ ਜਿਹੜੇ ਸੱਤਾ ਚ ਪੰਥ ਦੀ ਤਾਕਤ ਲੈ ਕੇ ਪੰਥ ਦੇ ਖਿਲਾਫ ਇਉਂ ਭੁਗਤੇ ਹੋਣ? ਤੇ ਧੰਨਦੇ ਆ ਕ੍ਰੈਕ ਸਾਡੀ ਕੌਮ ਦੇ ਜਿਹੜੇ ਇੱਥੇ ਚੀਕਾਂ ਮਾਰ ਲੈਂਦੇ ਆ, ਹਾਏ ਘੁਮਾਣ ਦੇ ਬਾਦਲ ਦਾ ਨਾਂ ਲੈਤਾ, ਹਾਏ ਘੁਮਾਣ ਦੇ ਬਾਦਲ ਨੂੰ ਆਹ ਕਹਿਤਾ, ਦੁਰਘਟੇ ਮੂੰਹ ਧਰਕਾਰ ਆ ਤੁਹਾਡੇ, ਲਾਹਣ ਤਾਂ ਤੁਹਾਡੇ ਸਿੱਖ ਸਵਾਹ ਪੈਣੀ ਚਾਹੀਦੀ ਹੈ। ਇਹੋ ਜਿਹੇ ਬੰਦੇ ਜਿਹੜੇ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਹਿੱਸਾ ਬਣ ਕੇ ਏਜੰਸੀਆਂ ਦੇ ਹਿਸਾਬ ਨਾਲ ਸਿੱਖੀ ਦੀਆਂ ਜੜਾਂ ਵੱਢਣ ਵਾਲੀਆਂ ਕਰਤੂਤਾਂ ਕਰਨ, ਤੇ ਜੇ ਉਹਨਾਂ ਬਾਰੇ ਪੰਥ ਚ ਗੱਲ ਕਰੀਏ ਤੇ ਤੁਹਾਨੂੰ ਚੀਕਾਂ ਪੈਂਦੀਆਂ ਤੁਹਾਡੀ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਨ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸਾਹਿਬ ਤਖ਼ਤ ਵਾਲਿਆਂ ਨੇ ਪਿਛਲੇ ਦਿਨੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਬਾਅਦ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਉੱਥੇ ਜਿਸ ਤਰੀਕੇ ਨਾਲ ਮਾਣ ਸਨਮਾਨ ਦਿੱਤਾ ਹੈ, ਉਹਦੇ ਕਰਕੇ ਖਾਲਸਾ ਪੰਥ ਵਿੱਚ ਇੱਕ ਨਵੀਂ ਚਰਚਾ ਛਿੜਨੀ ਸੁਭਾਵਿਕ ਸੀ ਤੇ ਇਸ ਮੌਕੇ ਉਹ ਛਿੜੀ ਵੀ ਹੋਈ। ਭਗਵੰਤ ਸਿੰਘ ਮਾਨ ਆਪਦੇ ਆਪ ਨੂੰ ਭਗਵੰਤ ਮਾਨ ਕਹਾ ਕੇ ਜ਼ਿਆਦਾ ਖੁਸ਼ ਆ ਤੇ ਰਵਨੀਤ ਸਿੰਘ ਬਿੱਟੂ ਰਵਨੀਤ ਬਿੱਟੂ ਕਰਕੇ ਜ਼ਿਆਦਾ ਜਾਣਿਆ ਜਾਂਦਾ। ਦੋਨੇ ਬੰਦੇ ਪਤਤ ਨੇ, ਸਿੱਖ ਰਹਿਤ ਮਰਿਆਦਾ ਦੀਆਂ ਬਹੁਤੀਆਂ ਜਿਹੜੀਆਂ ਮੱਦਾਂ ਨੇ ਉਹਨਾਂ ਤੋਂ ਇਨਕਾਰੀ ਨੇ, ਆਕੀ ਨੇ। ਰਵਨੀਤ ਬਿੱਟੂ ਬਿਆਂਤੇ ਬੁੱਚੜ ਦਾ ਪੋਤਾ ਹੈ, ਇਹ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਉਹਨੇ ਇਹ ਗੱਲ ਆਖੀ ਸੀ ਵੀ ਜਦੋਂ ਭਗਵੰਤ ਮਾਨ ਸੱਤਾ ਚ ਆ ਗਿਆ ਇਹ ਵੀ ਬਿਆਂਤੇ ਬੁੱਚੜ ਦਾ ਪੋਤਾ ਹੀ ਨਿਕਲੂ। ਦੋਨੇ ਜਾਣੇ ਸੇਮ ਪੇਜ ਤੇ ਆ, ਦੋਨਾਂ ਜਾਣਿਆਂ ਦੇ ਸਿੱਖੀ ਅਤੇ ਸਿੱਖਾਂ ਦੇ ਬਾਰੇ, ਪੰਜਾਬ ਤੇ ਪੰਥ ਬਾਰੇ ਵਿਚਾਰ ਜਿਹੜੇ ਨੇ ਉਹ ਕਹਿਣ ਸੁਣਨ ਨੂੰ ਜੋ ਮਰਜ਼ੀ ਹੋਣ, ਗੱਲੀਬਾਤੀ ਜਿੰਨੇ ਵਧੀਆ ਮਰਜ਼ੀ ਕਰ ਲੈਣ ਇਹ, ਪਰ ਸੱਚਾਈ ਇਹ ਆ ਕਿ ਦੋਨਾਂ ਜਾਣਿਆਂ ਦਾ ਅਕਸ ਪੰਜਾਬ ਦੇ ਜਾਂ ਪੰਥ ਦੇ ਹਿਸਾਬ ਨਾਲ ਕੋਈ ਬਹੁਤਾ ਵਧੀਆ ਨਹੀਂ। ਬਾਕੀ ਸਿਆਸਤਦਾਨ ਵੀ ਤਕਰੀਬਨ ਇਹੋ ਜਿਹੀਆਂ ਹੀ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ, ਪਰ ਜਿਸ ਤਰੀਕੇ ਨਾਲ ਹਜ਼ੂਰ ਸਾਹਿਬ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਗਿਆ, ਜਦੋਂ ਉਹ ਫੋਟੋਆਂ ਵੀਡੀਓਜ਼ ਸੰਗਤ ਵਿੱਚ ਆਈਆਂ ਨੇ, ਲੋਕਾਂ ਨੂੰ ਬੁਰਾ ਲੱਗਿਆ, ਬਹੁਤ ਮਾੜਾ ਲੱਗਿਆ। ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦੀ ਤਾਂ
ਮਨ ਵਿੱਚ ਔਖ ਆਉਣੀ ਸੁਭਾਵਿਕ ਸੀ ਉਹਨਾਂ ਪ੍ਰਤੀ। ਇਹਨਾਂ ਉੱਤੇ ਵੀ ਗੁੱਸਾ ਆਇਆ ਵੀ ਤੁਹਾਨੂੰ ਤਾਂ ਖੁਦ ਨੂੰ ਪਤਾ। ਇੱਥੇ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਵੱਡੇ ਅੱਖਰਾਂ ਚ ਲਿਖ ਕੇ ਲਾਇਆ ਹੋਇਆ ਵੀ ਇੱਥੇ ਜਿਹੜਾ ਪਤਤ ਆ ਉਹਨਾਂ ਦੀ ਇੱਥੇ ਇਸ ਤਰੀਕੇ ਨਾਲ ਅਰਦਾਸ ਨਹੀਂ ਹੋ ਸਕਦੀ। ਹੋਰ ਵੀ ਬੜੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਿੱਖ ਹੋਣ ਦੇ ਨਾਤੇ ਵੀ ਪਤਾ ਨੇ, ਤੇ ਵੈਸੇ ਵੀ ਧਾਰਮਿਕ ਮਸਲਿਆਂ ਦੇ ਵਿੱਚ ਜਦੋਂ ਇਸ ਤਰੀਕੇ ਨਾਲ ਮਾਨ ਸਨਮਾਨ ਲੈਣਾ ਹੋਵੇ ਉਦੋਂ ਪੂਰਨ ਤੌਰ ਤੇ ਗਿਆਨ ਕਰਕੇ ਫਿਰ ਹੀ ਸਟੈਪ ਚੱਕਣਾ ਚਾਹੀਦਾ। ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜਦੋਂ ਆਪਾਂ ਜਾਈਏ ਬੰਦਾ ਪੜ੍ਹ ਲੈਂਦਾ ਵੀ ਉੱਥੇ ਲਿਖਿਆ ਹੋਇਆ ਵੀ ਤਖ਼ਤ ਸਾਹਿਬ ਤੇ ਪਤਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ ਸਿੱਖ ਦੀ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਇਹਦਾ ਮਤਲਬ ਇਹ ਹੈਗਾ ਵੀ ਜੇ ਕੋਈ ਗੈਰ ਸਿੱਖ, ਮਤਲਬ ਜਿਵੇਂ ਇੱਕ ਵਾਰੀ ਆਪਾਂ ਨੂੰ ਪਤਾ ਇਤਿਹਾਸ ਵਿੱਚ ਦਰਜ ਵਾ ਵੀ ਇੱਕ ਕਸੂਰ ਸ਼ਹਿਰ ਆ ਜਿਹੜਾ ਉੱਥੇ ਪਠਾਨ ਚੱਕ ਕੇ ਲੈ ਗਏ ਜਰਵਾਣੇ ਪੰਡਤਾਣੀ ਨੂੰ, ਤੇ ਪੰਡਿਤ ਨੇ ਆ ਕੇ ਇੱਥੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਬੇਨਤੀ ਕੀਤੀ ਸਿੰਘਾਂ ਕੋਲ। ਉਹ ਇੱਥੇ ਗੈਰ ਸਿੱਖ ਵੀ ਅਰਦਾਸ ਕਰ ਸਕਦਾ, ਆਪਦੀ ਬੇਨਤੀ ਪੁਕਾਰ ਕਰ ਸਕਦਾ, ਪਰ ਜਿਹੜਾ ਤਨਖਾਹੀ ਆ, ਹੁਣ ਤਨਖਾਹੀਏ ਦੀਆਂ ਸਿੱਖ ਰਹਿਤ ਮਰਿਆਦਾ ਚ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ ਕਿ ਆਹ ਗੱਲਾਂ ਕਰਨ ਵਾਲੇ ਤਨਖਾਹੀਏ ਹੁੰਦੇ, ਤੇ ਇੱਕ ਪਤਤ ਇਹ ਇੱਥੇ ਅਰਦਾਸ ਵੀ ਨਹੀਂ ਕਰ ਸਕਦਾ। ਹੁਣ ਇਸ ਗੱਲ ਨੂੰ ਚੈਲੰਜ ਦੇਣਾ, ਚੁਣੌਤੀ ਦੇਣੀ, ਇਹ ਚਾਹੇ ਤਾਕਤਾਂ ਦੇ ਜਥੇਦਾਰ ਹੋਣ ਤੇ ਚਾਹੇ ਕੋਈ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਹਿਸਾਬ ਨਾਲ ਕੋਈ ਹੋਰ ਇਸ ਮਰਿਆਦਾ ਨੂੰ ਉਲੰਘਣਾ ਕਰੇ, ਮਤਲਬ ਕਿ ਜਿਹੜੇ ਤਖ਼ਤਾਂ ਦੇ ਉੱਥੇ ਪ੍ਰਬੰਧਕ ਨੇ, ਜਥੇਦਾਰ ਸਾਹਿਬਾਨ ਨੇ, ਜਿਨ੍ਹਾਂ ਦੀਆਂ ਫੋਟੋਆਂ ਨੇ, ਉਹਨਾਂ ਦਾ ਇਹ ਐਸ ਸਾਰੇ ਕਾਰਵਾਈ ਚ ਸ਼ਾਮਲ ਭਗਵੰਤ ਮਾਨ ਤੇ ਰਵਨੀਤ ਮਿੱਟੂ ਸਮੇਤ ਹੋਰ ਸਾਰਿਆਂ ਦਾ ਇਹ ਬਹੁਤ ਵੱਡਾ ਗਲਤ ਕੰਮ। ਪਰ ਹੁਣ ਇਸ ਗਲਤ ਗੱਲ ਦੇ ਖਿਲਾਫ ਸਿੱਖ ਜਾਣ ਤਾਂ ਜਾਣ ਕਿੱਥੇ, ਆਪਾਂ ਇੱਕ ਦੇਸੀ ਪੰਜਾਬੀ ਬੋਲੀ ਚ ਕਹਿੰਦੇ ਹਾਂ ਬਈ ਜੇ ਇੱਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਜੇ ਕੋਈ ਕਮਲ ਕੁੱਟਦਾ ਇੱਕ ਅੱਧਾ ਬੰਦਾ ਤਾਂ ਉਹਨੂੰ ਵਿਹੜਾ, ਵਿਹੜੇ ਤੋਂ ਭਾਵ ਸਾਰੇ ਪਿੰਡ ਵਾਲੇ ਭਾਈਚਾਰੇ ਵਾਲੇ ਬਹਿ ਕੇ ਉਹਨੂੰ ਸਮਝਾਉਂਦੇ ਆ ਵੀ ਸਾਡੇ ਅਗਵਾਨ ਦੀ, ਸਾਡੇ ਪੱਤੀ ਦੀ ਗੱਲ ਆ, ਸਾਡਾ ਇਹ ਬੰਦਾ ਗਲਤ ਕਰ ਰਿਹਾ। ਇੱਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਤੇ ਜੇ ਵਿਹੜਾ ਹੀ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ। ਹੁਣ ਆਹ ਹਾਲ ਆਪਣੇ ਕੌਮ ਦਾ ਹੋਇਆ, ਸਿੱਖ ਲੀਡਰਸ਼ਿਪ ਨੇ, ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਨੇ ਸਿੱਖ ਕਿਰਦਾਰ ਦਾ ਜੋ ਘਾਣ ਕੀਤਾ, ਸਿੱਖ ਸੰਸਥਾਵਾਂ ਦਾ ਜੋ ਘਾਣ ਕੀਤਾ ਹੈ, ਅੱਜ ਉਹਦਾ ਨਤੀਜਾ ਵਾ ਵੀ ਦੋ ਤਖ਼ਤ ਤਾਂ ਪਹਿਲਾਂ ਹੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਉਹਦੇ ਬਾਰੇ ਤਾਂ ਅਸੀਂ ਕਿੰਨੇ ਲੰਮੇ ਅਰਸੇ ਤੋਂ ਆਪਾਂ ਸਾਰੇ ਕਲਪਦੇ ਹਾਂ ਵੀ ਉੱਥੇ ਗੜਬੜ ਹੋਈ ਹੋਈ ਆ, ਉੱਥੇ ਸਿੱਖ ਮਰਿਆਦਾ ਅਨੁਸਾਰ ਨਹੀਂ, ਉੱਥੇ ਕੁਛ ਆਪਦੇ ਹਿਸਾਬ ਨਾਲ ਗੱਲ ਚੱਲ। ਤੇ ਜਿਹੜੇ ਤਖ਼ਤ ਪੰਜਾਬ ਦੇ ਵਿੱਚ ਨੇ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤੇ ਸ੍ਰੀ ਅਕਾਲ ਤਖ਼ਤ ਸਾਹਿਬ,
ਇੱਥੇ ਜਦੋਂ ਤੋਂ ਬਾਦਲਕਿਆਂ ਦਾ ਲੋਟ ਆਇਆ ਕੰਮ, ਇਹਨਾਂ ਨੇ ਗੇੜੇ ਖਲਾਏ ਪਏ ਨੇ। ਕੁੱਲ ਮਿਲਾ ਕੇ ਪੰਜੇ ਤਖਤਾਂ ਦਾ ਪ੍ਰਬੰਧ ਉਵੇਂ ਦਾ ਨਹੀਂ ਹੈ ਜਿਵੇਂ ਦਾ ਹੋਣਾ ਚਾਹੀਦਾ। ਤੇ ਜੇ ਤਖਤਾਂ ਦੇ ਉੱਤੋਂ ਇਹੋ ਜਿਹੀ ਗੜਬੜ ਹੋ ਰਹੀ ਹੋਵੇ ਤਾਂ ਕਿੱਥੇ ਜਾਈ? ਚੇਤੇ ਕਰੋ, ਉਸ ਬੀਤੇ 5-7 ਸਾਲ ਪਹਿਲਾਂ ਦੀ ਗੱਲ ਹੈ, ਜਥੇਦਾਰ ਹੁੰਦਾ ਸੀ ਇਕਬਾਲ ਸਿੰਘ ਪਟਨਾ ਸਾਹਿਬ ਵਾਲਾ, ਉਹਨੇ ਗੜਬੜਾਂ ਕੀਤੀਆਂ, ਬਤੌਰ ਜਥੇਦਾਰ ਬਹੁਤ ਗਲਤੀਆਂ ਕੀਤੀਆਂ। ਉਹਨੂੰ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਸਿੱਧੇ ਰਾਹ ਪਾਉਣ ਦੇ ਲਈ ਯਤਨ ਹੋਏ, ਪਰ ਜਿਹੜਾ ਹਜ਼ੂਰ ਸਾਹਿਬ ਵਾਲੇ ਆ ਇਹਨਾਂ ਦਾ ਤਾਂ ਕੰਮ ਹੀ ਨਿਰਾਲਾ। ਉੱਥੇ ਤਾਂ ਕੁਛ ਲੱਗਦਾ ਨੀਗਾ ਵੀ ਕੋਈ ਜਿਵੇਂ ਗਿਆਨੀ ਇਕਬਾਲ ਸਿੰਘ ਨਾਲ ਹੋ ਗਈ ਸੀ ਉਵੇਂ ਹੋਰ ਸਰਕਾਰੀ ਦਖਲ ਆ ਪੂਰਾ ਹੋਈ। ਉੱਥੇ ਭਾਰਤੀ ਸਟੇਟ ਜਿਹੜੀ ਆ ਉਹ ਦੋਨਾਂ ਤਖਤਾਂ ਦੇ ਉੱਤੇ ਜਿਸ ਤਰੀਕੇ ਨਾਲ ਦਖਲ ਅੰਦਾਜ਼ ਹੈ, ਉਹ ਪਰਦਾ ਜਿਹੜਾ ਹੈਗਾ ਉਹ ਹੌਲੀ ਹੌਲੀ ਚੱਕਿਆ ਜਾਂਦਾ। ਤੇ ਪੰਜਾਬ ਦੇ ਤਖਤਾਂ ਦਾ ਵੀ ਇਹੀ ਹਾਲ ਆ ਹੁਣ, ਜਾਣੀ ਕਿ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੇ ਰਾਹੀਂ ਦੋਨਾਂ ਦਾ ਸੀ, ਹੁਣ ਅਕਾਲੀ ਦਲ ਵਾਲੇ ਬਾਦਲ ਵਾਲਿਆਂ ਦਾ ਜ਼ਿਆਦਾ ਵਾ। ਤੇ ਮੰਨਣੀ ਤਾਂ ਉਹਨਾਂ ਦੀ ਵੀ ਪੈ ਜਾਂਦੀ ਹੋਣੀ ਆ ਕਿਸੇ ਚੱਕਰ 'ਚ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਸਟਮ ਹੈ, ਜਿਹੜਾ ਸਕੱਤਰ ਹੁੰਦਾ, ਉਹ ਭਾਰਤੀ ਖੁਫੀਆ ਏਜੰਸੀਆਂ ਬਗੈਰ ਚੱਲ ਹੀ ਨਹੀਂ ਸਕਦਾ ਜੀ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖੁਫੀਆ ਏਜੰਸੀਆਂ ਦਾ ਭਾਰਤੀ ਨੈਟਵਰਕ ਦਾ ਪੂਰਾ ਇੱਥੇ ਐਨ ਪਕੜ ਆ ਪੂਰੀ ਸਿਸਟਮ ਦੇ ਅੰਦਰ। ਤੁਹਾਨੂੰ ਪਤਾ ਹੀ ਨਹੀਂ ਕਿਹੜੇ ਕਿਹੜੇ ਬੰਦੇ ਆ, ਕੋਈ RSS ਨਾਲ ਰਲ ਕੇ ਚੱਲਦਾ, ਕੋਈ ਏਜੰਸੀਆਂ ਨਾਲ ਰਲ ਕੇ ਚੱਲਦਾ। ਜਿੰਨੇ ਖੂਬਸੂਰਤ ਜਿੰਨੇ ਪੰਥਕ ਸੋਚ ਵਾਲੇ ਮਤੇ ਪਾਏ ਜਾਂਦੇ ਆ, ਉਹ ਮਤੇ ਜੇ ਲਾਗੂ ਹੋ ਜਾਣ ਤਾਂ ਖਾਲਸਾ ਪੰਥ ਦੇ ਬਾਰੇ ਨਿਆਰੇ ਹੋ ਸਕਦੇ ਆ, ਚੜ੍ਹਦੀ ਕਲਾ ਹੋ ਸਕਦੀ। ਪਰ ਇੱਥੇ ਤਾਂ ਮਤੇ ਪਾਉਣ ਮੌਕੇ ਕੋਈ ਕਸਰ ਨਹੀਂ ਛੱਡੀ ਜਾਂਦੀ, ਤੇ ਨਾਲ ਦੀ ਨਾਲ ਦਿੱਲੀ ਦਰਬਾਰ ਵੱਲੋਂ ਹੁਕਮ ਆਇਆ ਹੋਇਆ ਨਾ ਕਿ ਜੇ ਤੁਹਾਨੂੰ 50,000 ਰੁਪਇਆ ਸ਼੍ਰੋਮਣੀ ਕਮੇਟੀ ਤਨਖਾਹ ਦਿੰਦੀ ਹੈ, 50,000 ਸਾਥੋਂ ਚੱਕੀ ਚਲੋ ਕੰਮ ਨਹੀਂ ਕਰਨਾ। ਜਾਂ ਇਉਂ ਵੀ ਲੋਕਾਂ ਨੂੰ ਲੱਗੇ ਵੀ ਕੰਮ ਹੁੰਦਾ ਪਰ ਕੰਮ ਕਰੋ। ਤੋ ਜਦੋਂ ਸਾਡੀਆਂ ਸਿੱਖ ਸੰਸਥਾਵਾਂ ਦਾ ਇਹ ਹਾਲ ਹੈ ਕਿ ਦਿੱਲੀ ਅਤੇ ਨਾਗਪੁਰ ਦੀ ਕਮਾਂਡ ਚੱਲਦੀ, ਹੁਣ ਕਈ ਬੰਦੇ ਸਾਡੇ ਲੱਗ ਜਾਂਦੇ ਆ ਵੀ ਜੇ ਐ ਕਿਵੇਂ ਭਾਈ, ਆ ਕੇ 4 ਦਿਨ ਰਹਿ ਲਓ, ਇਹਨਾਂ ਦੇ ਵਿੱਚ ਤੁਹਾਨੂੰ ਲੱਗ ਜੂ ਪਤਾ, ਕੋਈ ਪੰਥਕ ਕਾਰਜ ਕਰਾ ਕੇ ਦੇਖ ਲਓ। ਇੱਥੇ ਕਦੇ ਕਦਾਈ ਕੌਮ ਦੇ ਵਿੱਚ ਆਪਦੀ ਭੰਨ ਬਣਾਉਣ ਲਈ ਡਰਾਮਾ ਕਰਨਾ ਪੈਂਦਾ, ਜਿਵੇਂ ਕੈਟ ਟਾਊਟ ਖਾੜਕੂ ਜਥੇਬੰਦੀਆਂ ਦੇ ਵਿੱਚ ਜਦੋਂ ਵਿਚਰਦੇ ਆ, ਉਹ ਕਦੇ ਕਦਾਈ ਕੋਈ ਐਕਸ਼ਨ ਵੀ ਵਧੀਆ ਕਰਕੇ ਦਿਖਾਉਂਦੇ ਆ ਨਾ ਸਿੰਘਾਂ ਨੂੰ ਵੀ ਅਸੀਂ ਤਾਂ ਪੂਰੇ ਪੰਥਕ। ਪਰ ਸੱਚਾਈ ਜਿਹੜੀ ਆ ਉਹ ਬੜੀ ਖੌਫਨਾਕ ਆ, ਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਸਾਡੇ ਸਿੱਖ ਸੰਸਥਾਵਾਂ ਦੇ ਅੰਦਰ ਬੜੇ ਵੱਡੇ ਪੱਧਰ ਤੇ ਦਿੱਲੀ ਅਤੇ ਨਾਗਪੁਰ ਦੀ ਦਖਲ ਅੰਦਾਜ਼ੀ। ਆਹ ਜਿਹੜਾ ਘਟਨਾਕ੍ਰਮ ਵਾਪਰਿਆ ਇਹਦੇ ਕਈ ਅਰਥ ਕੱਢੇ ਜਾ ਰਹੇ ਨੇ, ਇੱਕ ਸਿਆਸੀ ਪਿਛੋਕੜ ਤੋਂ ਵੀ ਦਰਸਾਇਆ ਜਾ ਰਿਹਾ ਕਿ BJP ਵਾਲੇ ਭਾਗਵੇਂ ਬ੍ਰਿਗੇਡ ਵਾਲੇ ਬਾਦਲਕਿਆਂ ਨੂੰ ਦੱਸ ਰਹੇ ਨੇ, ਸਮਝਾ ਰਹੇ ਨੇ ਕਿ ਤੁਸੀਂ ਜਿਹੜਾ ਕਹਿੰਦੇ ਹੋ ਨਾ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਭਾਜਪਾ ਦੇ ਪੇਟੇ ਪੈ ਗਏ, ਤੇ ਪੰਜਾਬ ਵਾਲੀਆਂ ਫਿਰ ਸਾਡੇ ਹਿਸਾਬ 'ਚ ਨੇ ਗੱਲਾਂ, ਤੇ ਤੁਸੀਂ ਜਿਹੜਾ ਕਹਿੰਦੇ ਹੋ ਵੀ ਹਰਿਆਣਾ ਕਮੇਟੀ ਜੇ ਤੇ ਵੋ, ਦਾਦੂਵਾਲ ਨੂੰ ਕਿਹਾ ਹੈਗਾ ਸਟੇਜ ਤੋਂ ਇੱਥੇ ਬਾਬੇ ਬਕਾਲੇ ਮਾੜਾ ਚੰਗਾ, ਲੈ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੁਛ।
ਉਹ ਭਗਵੇਂ ਬ੍ਰਿਗੇਡ ਨੇ ਬਾਦਲਕਿਆਂ ਨੂੰ ਇਹ ਦਿਖਾਉਣ ਲਈ ਕਿ ਆਹ ਦੇਖੋ ਫਿਰ ਅਸੀਂ ਆਹ ਕਰਾਂਗੇ, ਤੁਹਾਡੇ ਪੰਥ ਖਿਲਾਫ ਹੋਊਗਾ, ਤੇ ਕਿਉਂਕਿ ਧਾਰਮਿਕ ਲੀਡਰਸ਼ਿਪ ਆ ਜਿਹੜੀ ਉਹ ਤੁਹਾਡੇ ਕੋਲ ਆ, ਤੇ ਤੁਸੀਂ ਫਿਰ ਕਰੋ ਕੀ ਕਰਦੇ ਹੋ, ਹਜ਼ੂਰ ਸਾਹਿਬ ਦੇ ਤਖ਼ਤ ਦੇ ਪ੍ਰਬੰਧਕਾਂ ਨੂੰ ਕਰੋ ਕੀ ਕਰਦੇ ਹੋ, ਅਕਾਲ ਤਖ਼ਤ ਸਾਹਿਬ ਦੇ ਰਾਹੀਂ ਕਰੋ ਕੀ ਕਰਦੇ, ਖਾਲਸਾ ਪੰਥ ਅਕਾਲ ਤਖ਼ਤ ਦੇ ਜਾਊਗਾ ਨਾ, ਯਾ ਗੜਬੜ ਹੋਈ ਆ ਜੀ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਹੁਣੀ ਦਾੜ ਵੱਟੀ ਬੈਠੇ ਇਸ ਮਸਲੇ ਤੇ, ਕਰਨ ਦਾ ਕਰਨ ਕੀ, ਇੱਕ ਪਾਸੇ ਪੰਥ ਦੁਆਲੇ ਹੋਇਆ ਹੋਇਆ ਵੀ ਤੁਸੀਂ ਪੰਥ ਦੀਆਂ ਬੀੜੀਆਂ ਚ ਵੱਟੇ ਪਾ ਤੇ, ਦੂਜੇ ਪਾਸੇ ਭਾਜਪਾ ਬ੍ਰਿਗੇਡ ਉਹਨਾਂ ਲਈ ਨਿੱਤ ਬਿਪਤਾ ਖੜੀ ਕਰ ਰਿਹਾ, ਤੀਜੇ ਪਾਸੇ ਸਿਆਸੀ ਤੌਰ ਤੇ ਜੋ ਉਹਨਾਂ ਦੇ ਲਈ ਨਿੱਤ ਸਿਆਪੇ ਖੜੇ ਹੋ ਰਹੇ ਨੇ, ਜਿਹੜਾ ਉਹਨਾਂ ਦਾ ਆਹ ਦੀਪ ਢਿੱਲੋਂ ਵਾਲਾ ਮਸਲਾ ਜਿਹਾ ਕੋਈ ਉਹਨਾਂ ਦਾ ਬੜਾ ਵੱਡੀ ਤੋਪ ਸੀ, ਉਹ ਕਹਿੰਦੇ ਆ ਵੀ ਜਾਂ ਤਾਂ ਆਮ ਆਦਮੀ ਪਾਰਟੀ ਚਲੇ ਗਿਆ ਜਾਂ ਚਲੇ ਜਾਊ, ਉਹ ਲਾਈਵ ਹੋ ਕੇ ਬੋਲਿਆ ਵੀ ਹੁਣ ਇਹਨਾਂ ਨੇ ਗਿੱਦੜਵਾਹੇ ਤੋਂ ਫੇਰ ਚੋਣ ਲੜਾਉਣੀ ਆ ਉਹਨੂੰ ਮਨਪ੍ਰੀਤ ਸਿੰਘ ਬਾਦਲ ਨੂੰ, ਤੇ ਮੈਨੂੰ ਸੁਖਬੀਰ ਸਿੰਘ ਬਾਦਲ ਕਹਿੰਦਾ ਹੈਗਾ ਵੀ ਹੁਣ ਤੂੰ ਤੁਰਦਾ ਫਿਰਦਾ ਨਜ਼ਰ ਆ, ਮੈਂ ਇਹਨਾਂ ਲਈ ਆਹ ਕੀਤਾ ਉਹ ਕੀਤਾ, ਜਿਵੇਂ ਸਿਆਸੀ ਭਲਵਾਨ ਕਰਦੇ ਹੁੰਦੇ ਆ ਉਵੇਂ ਤਾਨੇ ਮਿਹਣੇ ਜੇ ਉਹ ਮਾਰੀ ਜਾਂਦਾ ਹੈਗਾ, ਇਹ ਸਾਰੇ ਇਕੱਠੇ ਹੀ ਸੀਗੇ ਜਦੋਂ ਆਹ ਬੇਅਦਬੀਆਂ ਹੋਈਆਂ, ਜਿਹੜੇ ਇਹ ਮੁਕਤਸਰ ਗਿੱਦੜਵਾਹਾ ਸਾਰੀ ਜਿਹੜੀ ਬਠਿੰਡੇ ਤੇ ਕਰਾ ਸਾਰੀ ਬੈਲਟ ਵਾ ਨਾ ਜੀ ਮੋਗੇ ਤੋਂ, ਇਸ ਇਲਾਕੇ ਦੇ ਜਿੰਨੇ ਅਕਾਲੀ ਦਲ ਬਾਦਲ ਦੇ ਛੋਟੇ ਵੱਡੇ ਆਗੂ ਨੇ, ਇਹਨਾਂ ਸਾਰਿਆਂ ਨੇ ਉਦੋਂ ਪੰਥਕ ਜਜ਼ਬਾਤ ਦੇ ਉਲਟ ਭੁਗਤ ਕੇ ਡੇਰਾ ਸਰਸਾ ਵਾਲੇ ਮਸਲੇ ਚ ਸਿੱਖੀ ਅਤੇ ਸਿੱਖਾਂ ਦਾ ਘਾਣ ਕੀਤਾ, ਇਹਨਾਂ ਸਾਰਿਆਂ ਨੇ ਸਰਸੇ ਵਾਲੀਆਂ ਵੋਟਾਂ ਲਈਆਂ, ਇਹਨਾਂ ਸਾਰਿਆਂ ਨੂੰ ਵੀ ਪਤਾ ਸੀ ਵੀ ਕੌਮ ਦਾ ਨੁਕਸਾਨ ਹੋ ਰਿਹਾ। ਹੁਣ ਬੜਾ ਅੱਜ ਕੱਲ੍ਹ ਬੋਲਦੇ ਆ ਟੀਵੀ ਚੈਨਲਾਂ ਵਾਲੇ ਵਿਚਾਰੇ ਜਾਂਦੇ ਆ ਤੇ ਉਹਨਾਂ ਕੋਲੇ ਆਪਦਾ ਪੱਖ ਦੱਸਦੇ ਆ ਵੀ ਅਸੀਂ ਤਾਂ ਬੜੇ ਵਧੀਆ ਬੰਦੇ ਆ ਜੀ, ਇਹ ਤਾਂ ਬਾਦਲ ਪਰਿਵਾਰ ਹੀ ਮਾੜਾ ਜਿਹੜਾ ਸਾਨੂੰ ਲੈ ਕੇ ਬਹਿ ਗਿਆ। ਹੁਣ ਸਾਰਿਆਂ ਨੂੰ ਚੇਤਾ ਆ ਗਿਆ ਵੀ ਇਜ਼ਹਾਰ ਆਲਮ ਕਿੰਨਾ ਭੈੜਾ ਸੀ, ਹੁਣ ਸਾਰਿਆਂ ਨੂੰ ਚੇਤਾ ਆ ਗਿਆ ਵੀ ਸਮੇਧ ਸੈਣੀ ਬੜਾ ਗੁੰਡਾ ਸੀ, ਜਦੋਂ ਅਸੀਂ ਦੱਸਦੇ ਸੀ ਵੀ ਸਾਡੇ ਟੱਬਰਾਂ ਦੇ ਟੱਬਰ ਮਾਰੇ ਆ, ਸਾਡੇ ਭਰਾ ਮਾਰੇ ਆ, ਸਾਡੇ ਪਰਿਵਾਰਾਂ ਦੇ ਉੱਤੇ ਜ਼ੁਲਮ ਕੀਤਾ, ਇਹਨਾਂ ਨੂੰ ਅਕਾਲੀ ਦਲ ਦੇ ਥੰਮ ਬਣਾ ਬਣਾ ਕੇ ਨਾ ਪੇਸ਼ ਕਰੋ, ਜਦੋਂ ਅਸੀਂ ਦੱਸਦੇ ਸੀ ਵੀ ਸਰਸੇ ਵਾਲੇ ਜਿਹੜੇ ਬੜੇ ਭੈੜੇ ਨੇ, ਉਦੋਂ ਸਰਸੇ ਵਾਲਿਆਂ ਨੇ ਜਦੋਂ ਸਿੱਖਾਂ ਦੀਆਂ ਪੱਗਾਂ ਲਾਈਆਂ ਬਠਿੰਡੇ ਚ ਕੁੱਟ ਕਟਾਪਾ ਕੀਤਾ, ਉਦੋਂ ਇਹਨਾਂ ਨੂੰ ਸਰਸੇ ਵਾਲਾ ਚੰਗਾ ਲੱਗਦਾ ਸੀ ਬਾਦਲ ਦਲ ਵਾਲਿਆਂ, ਉਦੋਂ ਇਹਨਾਂ ਨੇ ਤੁਹਾਡੇ ਸਾਹਮਣੇ ਆ ਸਲਾਵਤਪੁਰੇ ਵਾਲਾ ਪਰਚਾ, ਉਹਦੀ ਆਹ ਤਰੀਕ ਸੀਗੀ ਸ਼ਾਇਦ 23-8 ਸੀ ਜਾਂ 25-8 ਸੀ, ਇੱਥੇ ਇੱਕ ਤਰੀਕ ਸੀ ਉਹਦੀ ਅੱਜ ਕੱਲ੍ਹ ਜੀ। ਅੱਜ ਮੈਂ ਸਵੇਰੇ ਉਹਦੀ ਰਿਪੋਰਟ ਸੁਣਦਾ ਸੀਗਾ, ਜਿਹੜੀ ਨਵਕਿਰਨ ਸਿੰਘ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਮਹਾਰਾਜ ਇਹ ਉਸ ਕੇਸ ਵਿੱਚ ਲੱਗੇ ਹੋਏ ਨੇ, ਤੇ 2000 ਦੇ ਲੋ 7 ਦਾ ਮਾਮਲਾ, 2007 ਤੋਂ ਅੱਜ 2024 ਆ ਗਏ ਸਲਾਵਤਪੁਰੇ ਵਾਲੇ ਕਾਂਡ ਦਾ, ਨਾ ਤਾਂ ਇਨਸਾਫ਼ ਕੋਈ ਮਿਲਿਆ ਤੇ ਜਿਹੜਾ ਮਿਲਣ ਦੀ ਆਸ ਆ ਉਹ ਵੀ ਇੰਨੀ ਕਾ ਵੀ ਅਦਾਲਤ ਵਿੱਚ ਕੇਸ ਲੱਗਿਆ ਹੋਇਆ, ਜੱਜ ਬਦਲੀ ਜਾਂਦੇ ਆ, ਤਰੀਕਾਂ ਪਈ ਜਾਂਦੀਆਂ, ਹੋਣਾ ਹਵਾਣਾ ਕੱਖ ਨੀ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਨਾ ਕੁ ਪਛੜਾ ਦਿੱਤਾ, ਇੰਨਾ ਕੁ ਉਹ ਚ ਭੰਬਲ ਭੂਸਾ ਪੈਦਾ ਕਰਤਾ ਤੱਥਾਂ ਦੀ ਜਾਂ ਸਾਰੀ ਗੱਲ ਦੀ ਵੀ ਕੱਖ ਨਾ ਬਣੇ। ਆਪਾਂ ਸਿੱਖ ਇਤਿਹਾਸ ਵਿੱਚ ਕੋਈ ਇਹੋ ਜਿਹੇ ਬੰਦੇ ਦੇਖੇ ਆ ਜਿਹੜੇ ਸੱਤਾ ਚ ਪੰਥ ਦੀ ਤਾਕਤ ਲੈ ਕੇ ਪੰਥ ਦੇ ਖਿਲਾਫ਼ ਇਉਂ ਭੁਗਤੇ ਹੋਣ,
ਧੰਨ ਦੇ ਆ ਕ੍ਰੈਂਕ ਸਾਡੀ ਕੌਮ ਦੇ ਜਿਹੜੇ ਇੱਥੇ ਚੀਕਾਂ ਮਾਰ ਲੈਂਦੇ ਆ, ਹਾਏ ਘੁਮਾਣ ਦੇ ਬਾਦਲ ਦਾ ਨਾਂ ਲੈਤਾ, ਹਾਏ ਘੁਮਾਣ ਦੇ ਬਾਦਲ ਨੂੰ ਆਹ ਕਹਿਤਾ, ਦੁਰਫਿਟੇ ਮੂਤਰ ਘਾਰ ਆ, ਤੁਹਾਡੇ ਲਾਹਣ ਤਾਂ ਤੁਹਾਡੇ ਸਿਰ 'ਚ ਸਵਾਹ ਪੈਣੀ ਚਾਹੀਦੀ ਹੈ। ਇਹੋ ਜਿਹੇ ਬੰਦੇ ਜਿਹੜੇ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਹਿੱਸਾ ਬਣ ਕੇ ਏਜੰਸੀਆਂ ਦੇ ਹਿਸਾਬ ਨਾਲ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਕਰਤੂਤਾਂ ਕਰਨ, ਤੇ ਜੇ ਉਹਨਾਂ ਬਾਰੇ ਪੰਥ 'ਚ ਗੱਲ ਕਰੀਏ ਤੇ ਤੁਹਾਨੂੰ ਚੀਕਾਂ ਪੈਂਦੀਆਂ ਤੁਹਾਡੀਆਂ। ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਜ਼ੁਰਤ ਸਮਰੱਥਾ ਸ਼ਕਤੀ ਬਖਸ਼ੀ ਆ ਉਹ ਖਾਲਸਾ ਪੰਥ ਦੇ ਦੁਸ਼ਮਣਾਂ ਦੇ ਖਿਲਾਫ ਵਰਤਣ ਲਈ ਹੈ, ਤਾਂ ਖਾਲਸਾ ਪੰਥ ਦੇ ਦੁਸ਼ਮਣਾਂ ਦੇ ਵਿੱਚ ਬਾਦਲ ਪਰਿਵਾਰ ਵੀ ਤਾਂ ਹੈ ਜਿਹਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਸਾਰੀਆਂ ਕਰਤੂਤਾਂ ਕੀਤੀਆਂ ਨੇ। ਉਹਨਾਂ ਸਾਰੀਆਂ ਤਾਕਤਾਂ ਦੀ, ਉਹਨਾਂ ਸਾਰੇ ਵਰਤਾਰਿਆਂ ਦੀ, ਉਹਨਾਂ ਸਾਰੇ ਬੰਦਿਆਂ ਦੀ ਸਰਪ੍ਰਸਤੀ ਬਾਦਲ ਪਰਿਵਾਰ ਕਰਦਾ ਰਿਹਾ, ਕਰਦਾ ਹੈ। ਹੁਣ ਵੀ ਹੁਣ ਕਿਹੜਾ ਹਟ ਗਏ, ਹੁਣ ਵੀ ਤਾਂ ਸਾਰਾ ਲੌਂਗ ਲਾਣਾ ਉਵੇਂ ਡਟਿਆ ਹੋਇਆ। ਜਿਹੜਾ ਵੀ ਕੋਈ ਬੰਦਾ ਮਾੜੀ ਮੋਟੀ ਪੰਥ ਦੀ ਗੱਲ ਕਰਨ ਲੱਗ ਜਾਂਦਾ ਉਹਦੇ ਖਿਲਾਫ ਕਿਵੇਂ, ਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ, ਭਾਈ ਸਰਬਜੀਤ ਸਿੰਘ ਦੇ ਖਿਲਾਫ ਕਿੰਨੀ ਭਕਾਈ ਮਾਰੀ ਹੈ। ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਆ ਉਹ। ਕੁੱਲ ਮਿਲਾ ਕੇ ਖਾਲਸਾ ਪੰਥ ਨੇ ਜੇ ਹਜ਼ੂਰ ਸਾਹਿਬ, ਪਟਨਾ ਸਾਹਿਬ ਜਾਂ ਕਿਤੇ ਵੀ ਹੋਰ ਕੋਈ ਗੜਬੜ ਹੋਵੇ, ਜਿਹੜੇ ਦਿੱਲੀ ਵਾਲੇ ਜਾਣ ਕੇ ਕਰਾਉਣਗੇ ਨਾਗਪੁਰ ਵਾਲੇ, ਆਪਾਂ ਭੱਜਣਾ ਅਕਾਲ ਤਖ਼ਤ ਸਾਹਿਬ ਵੱਲ ਨੂੰ, ਅਕਾਲ ਤਖ਼ਤ ਸਾਹਿਬ ਵਾਲਿਆਂ ਨੂੰ ਦਿੱਤਾ ਪੈ ਜਾਣੀ ਆ ਕਿ ਹੁਣ ਉਹਨਾਂ ਨੇ ਆਉਣਾ ਨੀ, ਤੇ ਪੰਥ ਜਿਹੜਾ ਹੈ ਉਹ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸ਼ੋਭਾ, ਜਿਹੜੀ ਸ਼ਾਨ, ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲੱਗਦਾ ਦੇਖ ਕੇ ਚੁੱਪ ਰਹਿ ਜੂ, ਫੇਰ ਉਹਦੇ ਚ ਕੀ ਆ। ਸੋ ਇਹ ਭਗਵਾਂ ਬ੍ਰਿਗੇਡ ਬਾਦਲਕਿਆਂ ਤੋਂ ਗਿਣ ਗਿਣ ਬਦਲੇ ਲੈਣ ਲਈ ਖਾਲਸਾ ਪੰਥ ਨੂੰ ਚੜਾ ਰਿਹਾ, ਤੇ ਬਾਦਲਕੇ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਆਪਦੀ ਸਾਖ ਬਚਾਉਣ ਨੂੰ ਤੁਰੇ ਫਿਰਦੇ ਆ। ਤੇ ਜਿਹੜਾ ਇਹ ਸਾਰਾ ਮਾਹੌਲ ਆ, ਇਹ ਸਿੱਖ ਜਜ਼ਬਾਤਾਂ ਦੀ, ਸਿੱਖ ਹਿੱਤਾਂ ਦੀ, ਸਿੱਖਾਂ ਚ ਨਿਰਾਸ਼ਾ ਪੈਦਾ ਹੁੰਦੀ ਹੈ, ਡਿਸਅਪੋਇੰਟਡ ਹੋਣਾ, ਸਿੱਖ ਆਪਦੇ ਆਪ ਨੂੰ ਬੜੇ ਕਸੂਤੇ ਫਸੇ, ਬੇਬਸ, ਲਾਚਾਰ ਮਹਿਸੂਸ ਕਰਦੇ। ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਨਵਾਂ ਝਮੇਲਾ ਸਿੱਖਾਂ ਦੇ ਗਲ ਪਾਇਆ ਜਾਂਦਾ। ਆ ਹੁਣ ਇੱਥੇ ਭਾਈ ਗਜਿੰਦਰ ਸਿੰਘ ਦਾ ਜਿੱਦਣ ਭੋਗ ਸੀਗਾ, ਉਦਣ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਵੀ ਜਿਹੜੇ ਸਿੰਘ ਪਿਛਲੇ ਦਿਨਾਂ ਚ ਹਕੂਮਤ ਨੇ ਸ਼ਹੀਦ ਕੀਤੇ ਆ, ਉਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ ਚ ਲਾਵਾਂਗੇ। ਸਾਨੂੰ ਤਾਂ ਐਤਕੀ ਵੀ ਸੀਗਾ ਵੀ ਬੜਾ ਰੌਲਾ ਰੱਪਾ ਪਾਉਣਾ ਪਊਗਾ ਭਾਈ ਗਜਿੰਦਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਉਣ ਨੂੰ, ਕਿਉਂਕਿ ਆਪਦਾ ਤਾਂ ਜਿਹੜਾ ਇਹਨਾਂ ਦਾ ਬਾਦਲ ਪਰਿਵਾਰ ਨਾਲ ਸੰਬੰਧਿਤ ਹੁੰਦਾ ਉਹਦੀ ਤਾਂ ਫੋਟੋ ਲੱਗੀ ਦੀ ਵੀ ਖ਼ਬਰ ਆਉਂਦੀ ਆ ਵੀ ਤੋਤੇ ਤੋਤਾ ਸਿੰਘ ਦੀ ਫੋਟੋ ਲੱਗ ਗਈ ਜੀ, ਫਲਾਣੇ ਦੀ ਲੱਗ ਗਈ। ਜਿਹੜਾ ਪੰਥ ਲਈ ਲੜਦਾ ਮਰਦਾ, ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਾਉਣ ਲਈ ਵੀ ਬੜਾ ਸੰਘਰਸ਼ ਕਰਨਾ ਪਿਆ, ਬਾਕੀਆਂ ਦੀ ਤਾਂ ਗੱਲ ਬੜੀ ਦੂਰ। ਕੌਮ ਲਈ ਲੜਨ ਮਰਨ ਵਾਲਿਆਂ ਦੀ ਫੋਟੋ ਲਵਾਉਣ ਲਈ ਬੜੀ ਆਉ ਕੱਟਣੀ ਪੈਂਦੀ। ਖੈਰ ਜਦੋਂ ਹੁਣ ਉਹਦੇ ਨਾਲ ਐਲਾਨ ਕੀਤਾ ਅਸੀਂ ਬੜੇ ਤਸੱਲੀ ਚ ਵੀ ਚਲੋ ਭਾਈ ਵਿਜੇਂਦਰ ਸਿੰਘ ਦੀ ਇਹ ਹੋਰਾਂ ਦਾ ਵੀ ਨਾਂ ਲਿਆ ਜਿਹਨਾਂ ਦਾ, ਉਹ ਚ ਭਾਈ ਪਰਮਜੀਤ ਸਿੰਘ ਪੰਜਵੜ ਔਰ ਇਹਨਾਂ ਦੇ ਪਰਿਵਾਰ ਦਾ ਜੋ ਨੁਕਸਾਨ ਸਟੇਟ ਨੇ ਕੀਤਾ ਹੈ, ਜੋ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਬੀਤੀ ਆ 1994 ਦੇ ਵਿੱਚ, 93-95 ਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਸਰਦਾਰ ਮੇਜਰ ਸਿੰਘ ਨੇ ਇੱਕ ਰਿਪੋਰਟ ਕੀਤੀ ਸੀ ਪੰਜਾਬ ਖਾੜਕੂ ਜਲਜਲੇ ਤੋਂ ਬਾਅਦ। ਉਹਨੇ ਮਾਝੇ ਦੇ ਵਿੱਚ ਜਾਂ ਪੰਜਾਬ ਦੇ ਹੋਰ ਕਈ ਜਿਹੜੇ ਨਾਮਵਰ ਵੱਡੇ ਖਾੜਕੂ ਸੰਘਰਸ਼ ਦੇ ਦਿਨਾਂ ਦੇ ਵਿੱਚ ਚਰਚਿਤ ਪਿੰਡ ਸੀ,
ਨੌਂ ਸੀ ਸ਼ਖਸੀਅਤਾਂ ਸੀ, ਉਹਨਾਂ ਦੇ ਘਰਾਂ ਚ ਗੇੜਾ ਮਾਰਿਆ ਤੇ ਬੜਾ ਲੰਬਾ ਚੌੜਾ ਛਪਿਆ। ਹੁਣ ਉਹ ਕਿਤਾਬ ਦੇ ਰੂਪ ਚ ਵੀ ਛਪਿਆ ਹੋਇਆ ਮਿਲਦਾ, 20 ਰੁਪਏ ਦੀ ਕਿਤਾਬ ਇੱਥੋਂ ਛੋਟੇ ਜਿਹੇ ਕਿਤਾਬਚੇ ਦੇ ਰੂਪ ਚੋਂ ਸਾਰੀ ਰਿਪੋਰਟ ਮਿਲਦੀ ਹੈ ਮੇਜਰ ਸਿੰਘ। ਸਰਦਾਰ ਮੇਜਰ ਸਿੰਘ ਨੇ ਉਸ ਰਿਪੋਰਟ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਦੀ ਹਾਲਾਤ ਲਿਖੀ ਹੈ ਕਿ ਕਿਵੇਂ ਪਰਿਵਾਰ ਦੇ ਮੈਂਬਰ ਦੱਸਦੇ ਆ ਵੀ ਸਾਡੇ ਪੱਖੇ ਫਲਾਣੇ ਥਾਣੇ ਚ ਲੱਗੇ ਆ, ਸਾਡੀ ਫਰਿੱਜ ਫਲਾਣੇ ਥਾਣੇਦਾਰ ਦੇ ਘਰੇ ਪਈ ਹੈ। ਇੱਕ ਕੈਟ ਹੁੰਦਾ ਸੀ ਇਹਨਾਂ ਦੇ ਪਿੰਡ ਦਾ ਕਾਲਾ, ਕਾਲਾ ਇਹਨਾਂ ਦੇ ਘਰ ਚ ਆ ਕੇ ਚੌਂਕੀ ਪਾ ਕੇ ਬਿਠਾ ਤਾ ਸਿਸਟਮ ਨੇ ਤੇ ਉਹਨੇ ਬੜਾ ਖਪਾਇਆ ਸਤਾਇਆ। ਇੱਥੇ ਉਹ ਅੰਮ੍ਰਿਤਸਰ ਹੁਣ ਟ੍ਰੈਫਿਕ ਚ ਲੱਗਿਆ ਹੋਇਆ, ਪਿਛਲੇ ਸਾਲ ਜੂਨ ਮਹੀਨੇ ਚ ਉਹਦੀ ਰੋਂਦੇ ਕਲਪਨੀ ਦੀ ਵੀਡੀਓ ਆਈ ਸੀਗੀ ਵੀ ਮੈਨੂੰ ਇਹਨਾਂ ਨੇ ਕੋਈ ਚੱਜ ਹਰਨਾ ਸਟੇਟ ਨੇ ਪੁੱਛਿਆ ਨੀ, ਜਿਵੇਂ ਜਿਨ੍ਹਾਂ ਨੇ ਜਿਹੜੇ ਬਲਵਿੰਦਰ ਸੀ ਸ਼ਾਇਦ ਉਹਦਾ ਨਾਂ, ਜਿਹਨੇ ਬਿਆਂਤੇ ਬੁੱਚਣ ਵਾਲੇ ਮਾਮਲੇ ਤੋਂ ਬਾਅਦ ਵਿੱਚ ਪੁਲਿਸ ਨੂੰ ਮੁਖਬਰੀ ਕੀਤੀ ਸੀ ਕਾਰ ਬਾਰੇ ਵੀ ਇਹ ਬੈਲਟ ਕਿਹਨੇ ਬਣਾਈ ਆ ਤੇ ਆ ਸਾਰੀ ਗੱਲ, ਉਹ ਵੀ ਪਿੰਡ ਦਾ ਕਰਦਾ ਹੁੰਦਾ। ਬਾਹਲੇ ਕੈਟ ਟਾਊਟ ਜਾਂ ਗਰਾਰ ਜਿਹੜੇ ਨੇ ਜਾਂ ਜਿਨ੍ਹਾਂ ਨੇ ਸਟੇਟ ਦੇ ਮਗਰ ਲੱਗ ਕੇ ਆਪਦੀ ਕੌਮ ਨਾਲ ਧੋਖੇ ਕੀਤੇ ਆ, ਬਾਅਦ ਚ ਪਿੰਡ ਦੇ ਹੁੰਦੇ ਆ। ਜਿੱਦਾਂ ਪੈਂਕੀ ਕੈਟ ਆਪਾਂ ਪਿੰਡ ਦਾ ਦੇਖਿਆ ਵੀ ਉਹ ਕਹਿੰਦਾ ਹੁੰਦਾ ਸੀ ਪੈਂਕੀ ਦੀਆਂ ਝੰਗਿਆੜਾ, ਮੈਂ ਇੱਕ ਕਿਤਾਬ ਲਿਖੀ ਬੈਠਾ ਜੀ, ਆਈ ਹੋਈ ਤਾਂ ਹੈ ਨੀ ਭਾਵੇਂ ਉਹ। ਕੁੱਲ ਮਿਲਾ ਕੇ ਸਟੇਟ ਨੇ ਬੰਦੇ ਵਰਤਲੇ ਹੁੰਦੇ ਆ ਤੇ ਮੁੜ ਕੇ ਲੱਤ ਮਾਰਨੀ ਹੈ ਪਿੱਠ ਤੇ। ਉਹ ਇਵੇਂ ਹੀ ਉਹ ਜਿਹੜਾ ਕਾਲਾ ਕੈਟ ਆ ਉਹ ਬੋਲਦਾ ਸੀ, ਬੜੇ ਹੋਰ ਨੇ। ਉਹ ਜਿਹੜਾ ਭਾਈ ਪਰਮਜੀਤ ਸਿੰਘ ਪੰਜਵੜ ਹੈ ਉਹ ਖਾੜਕੂ ਸੰਘਰਸ਼ ਦੇ ਵਿੱਚ ਜਰਨੈਲਾਂ ਦੀ ਕਤਾਰ ਵਿੱਚ ਸੀ, ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਹੈ। ਸਟੇਟ ਨੇ ਉਹਨੂੰ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਕਤਲ ਕਰਵਾਇਆ। ਕਿੰਨਾ ਦੁਖੀ ਹੋਊਗੀ ਸਟੇਟ ਉਹਦੇ ਤੋਂ, ਜਿਹੜਾ ਅੱਜ ਦੇ ਪੀਸਫੁੱਲ, ਕਿਉਂਕਿ ਹੁਣ ਕੋਈ ਐਕਟੀਵਿਟੀ ਤਾਂ ਉਵੇਂ ਦੀ ਹੈ ਨੀ, ਅੱਜ ਵੀ ਉਹਨੂੰ ਮਾਰਨਾ ਬੜਾ ਜ਼ਰੂਰੀ ਸਮਝਿਆ। ਤੇ ਉਹਦੀ ਫੋਟੋ ਲਾਉਣ ਦਾ ਵੀ ਐਲਾਨ ਜਥੇਦਾਰ ਅਕਾਲ ਤਖ਼ਤ ਨੇ ਇੱਥੇ ਭਾਈ ਦਜਿੰਦਰ ਸਿੰਘ ਦੇ ਭੋਗ ਵਾਲੇ ਦਿਨ ਕੀਤਾ ਵੀ ਕੇਂਦਰੀ ਸਿੱਖ ਅਜਾਇਬ ਘਰ ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਵੀ ਲਾਈ ਗਈ। ਅੱਜ ਕੁਛ ਸਿੱਖ ਆਗੂ ਇਕੱਠੇ ਹੋ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਆਏ ਆ, ਕਹਿੰਦੇ ਵੀ ਉਹਦੀ ਫੋਟੋ ਲੱਗਣੀ ਨੀ ਚਾਹੀਦੀ। ਉਹਨੇ ਤਾਂ ਜੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਸਮੇਤ ਕੁਛ ਹੋਰ ਕਤਲ ਨੇ ਜਿਨ੍ਹਾਂ ਨਾਲ ਉਹਦਾ ਨਾਂ ਜੁੜਦਾ, ਇਹ ਫੋਟੋ ਨਹੀਂ ਲੱਗਣੀ ਚਾਹੀਦੀ। ਹੁਣ ਇਹਦੇ ਨਾਲ ਇੱਕ ਨਵੀਂ ਕੰਟਰੋਵਰਸੀ, ਨਵਾਂ ਵਿਵਾਦ ਛਿੜੇਗਾ। ਕੁਛ ਭਾਈਚਾਰੇ ਦੇ ਲੋਕਾਂ ਨੂੰ ਇਹ ਗੱਲ ਮਾੜੀ ਲੱਗੂਗੀ ਕਿ ਕਿਉਂ ਉਸ ਸਿੱਖ ਦੀ ਜਿਹਦੀ ਏਡੀ ਵੱਡੀ ਕੁਰਬਾਨੀ ਹੈ, ਜਿਹਨੇ ਕੌਮ ਦੇ ਸੰਘਰਸ਼ ਵਿੱਚ ਆਪਦਾ ਬਣਾਇਆ ਤਾਂ ਕੁਛ ਨੀ ਗਵਾਇਆ ਹੀ ਆ, ਔਰ ਉਹਦੇ ਪਰਿਵਾਰ ਦਾ ਉਹਦੇ ਘਰ ਦਾ ਜੋ ਹਾਲ ਆ ਉਹ ਸਭ ਦੇ ਸਾਹਮਣੇ। ਤੇ ਇਸ ਗੱਲ ਦੇ ਉੱਤੇ ਇਹਨਾਂ ਸਿੱਖਾਂ ਦੇ ਖਿਲਾਫ ਮਨ ਚ ਲੋਕਾਂ ਦੇ ਵਿਰੋਧ ਆਊਗਾ, ਰੋਸ ਆਊਗਾ ਕਿ ਕਿਉਂ ਉੱਥੇ ਗਏ ਆ ਕਿ ਤੁਸੀਂ ਜਿਹਦੀ ਫੋਟੋ ਨਾ ਲਾਇਓ। ਹੁਣ ਤੱਕ ਸਿੱਖ ਇਹ ਕਹਿਣ ਲਈ ਤਾਂ ਜਾਂਦੇ ਰਹੇ ਆ ਕਿ ਫਲਾਨੇ ਦੀ ਲਾਉਂਦੇ ਕਾਹਤੋਂ ਨੀ, ਪਰ ਇਹ ਕਹਿਣ ਵਾਲਾ ਕੰਮ ਪਹਿਲੀ ਵਾਰ ਦੇਖਿਆ ਮੈਨੂੰ ਲੱਗਦਾ ਪੰਥ ਨੇ ਵੀ ਲਾਇਆ ਨਾ ਦਿਓ। ਚਲੋ ਆਪਾਂ ਦੂਜੇ ਪਾਸੇ ਨੂੰ ਤੁਰ ਪੈਂਦੇ ਹਾਂ, ਸਾਂਝੇ ਮਾਂਝੇ ਬਣਨ ਵਾਲੀ ਗੱਲ ਹੀ ਕਰ ਲੈਂਦੇ। ਕਿੰਨਾ ਚੰਗਾ ਹੁੰਦਾ ਜੇ ਇਹ ਕਹਿੰਦੇ ਵੀ ਜੇ ਉਹਦੀ ਲਾਉਣੀਆਂ ਲਾਓ, ਪਰ ਹਰਮਿੰਦਰ ਸਿੰਘ ਸੰਧੂ ਦੀ ਵੀ ਲਾਓ ਜੀ। ਜਿੰਨਾ ਜਿਹੜੇ ਕਤਲ ਇਸ ਸੰਘਰਸ਼ ਵਿੱਚ ਇਸ ਤਰੀਕੇ ਨਾਲ ਹੋਏ ਨੇ, ਜਿਨ੍ਹਾਂ ਦੇ ਉੱਤੇ ਪੰਥ ਵਿੱਚ ਅੱਜ ਦੁਬਦਾ ਹੈ,
ਜਾਂ ਜਿਹਨਾਂ ਬਾਰੇ ਇੱਕ ਧਿਰ ਕਹਿੰਦੀ ਆ ਕਿ ਸਹੀ ਹੋਏ ਨੇ, ਦੂਜੀ ਧਿਰ ਕਹਿੰਦੀ ਆ ਗਲਤ ਹੋਏ ਨੇ, ਇਹਨਾਂ ਮਸਲਿਆਂ ਦੇ ਬਾਰੇ ਇਸ ਤਰੀਕੇ ਨਾਲ ਅੱਜ ਦੇ ਦੌਰ ਵਿੱਚ ਗੱਲ ਕਰਨੀ, ਜਦੋਂ ਪਿਛਲੇ ਸਾਲ ਰੋਸ਼ਨ ਦਿਮਾਗ ਕਿਤਾਬ ਆਈ, ਉਦੋਂ ਬਾਅਦ ਵੀ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਕਿੰਨਾ ਮਾੜਾ ਚੰਗਾ ਆਪਸ ਵਿੱਚ ਹੀ ਸਿੱਖ ਨੌਜਵਾਨ ਬੋਲਦੇ ਚੱਲਦੇ ਰਹੇ, ਹੁਣ ਫਿਰ ਸ਼ੁਰੂ ਹੋ ਜੂ ਕੰਮ। ਇਹਦੇ ਨਾਲੋਂ ਕੋਈ ਹੋਰ ਵਿਵਾਦ ਛੇੜੇ ਤੋਂ ਬਗੈਰ ਕੋਈ ਸਿਖਾਵਾਂ ਰਾਹ ਲੱਭ ਲਈਏ ਤਾਂ ਚੰਗੀ ਗੱਲ ਸੀ, ਪਰ ਨਹੀਂ। ਉਧਰ ਐਮਰਜੈਂਸੀ ਫਿਲਮ ਦਾ ਮਸਲਾ ਬਣਿਆ ਹੋਇਆ, ਇਹ ਸਿੱਖ ਜਗਤ ਇਸ ਗੱਲੋਂ ਆਏ ਦਿਨ ਕਿਸੇ ਨਾ ਕਿਸੇ ਚੱਕਰ ਚ ਫਸਿਆ ਹੀ ਰਹਿੰਦਾ। ਇਹ ਐਮਰਜੈਂਸੀ ਫਿਲਮ ਦੇ ਖਿਲਾਫ ਵੀ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਲਗਾਤਾਰ ਸਰਗਰਮ ਨੇ, ਪਰ ਸਟੇਟ ਜਿਹੜੀ ਆ ਅਡੋਲ ਆ, ਉਹ ਕਹਿੰਦੇ ਚਲਾਵਾਂਗੇ ਫਿਲਮ। ਦੂਜੇ ਪਾਸੇ ਉਹਨੇ ਇੱਕ ਹੋਰ ਬਿਆਨ, ਕੰਗਣਾ ਰਣਾਉਤ ਨੇ ਬੜਾ ਸੰਵੇਦਨਸ਼ੀਲ ਬਿਆਨ ਦਿੱਤਾ ਕਿ ਜੀ ਇਹ ਤਾਂ ਸਾਡੀ ਜਿਹੜੀ ਮੋਦੀ ਸਰਕਾਰ ਸੀਗੀ ਉਹ ਕਾਇਮ ਸੀਗੀ, ਨਹੀਂ ਤਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿਵੇਂ ਇਹ ਸਿੱਖ ਉੱਠ ਖੜੇ ਸੀਗੇ, ਜਿਵੇਂ ਇਹਨਾਂ ਨੇ ਕਿਸਾਨ ਅੰਦੋਲਨ ਮੌਕੇ ਐਕਟਿਵਿਜ਼ਮ ਕੀਤੀ ਆ, ਪੰਜਾਬ ਦੇ ਹਾਲਾਤ ਜਿਹੜੇ ਆ ਬੜੇ ਵਿਗੜ ਸਕਦੇ ਸੀ। ਇਹ ਤਾਂ ਜੀ ਕਹਿੰਦੀ ਬੰਗਲਾਦੇਸ਼ ਵਾਲਾ ਹਾਲ ਹੀ ਬਣ ਜਾਣਾ ਸੀ। ਇਸ ਗੱਲ ਦੇ ਉੱਤੇ ਕੰਟਰੋਵਰਸੀ ਛਿੜਨੀ ਸੀ, ਛਿੜੀ, ਪਰ ਬੀਜੇਪੀ ਨੇ ਇਹਦੇ ਬਾਰੇ ਇੱਕ ਸਟੇਟਮੈਂਟ ਜਾਰੀ ਕਰਤੀ ਵੀ ਇਹ ਉਹਦਾ ਇਕੱਲੀ ਦਾ ਆਪਦਾ ਵਿਚਾਰ ਹੋ ਸਕਦਾ, ਇਹ ਸਾਡਾ ਵਿਚਾਰ ਨਹੀਂ ਹੈਗਾ। ਪੱਲਾ ਝਾੜ ਲਿਆ ਬੀਜੇਪੀ ਨੇ ਮੀਡੀਆ ਚ ਬਿਆਨ ਜਾਰੀ ਕਰਕੇ ਕਿ ਕੰਗਣਾ ਰਣੌਤ ਨੇ ਜਿਹੜਾ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਬਿਆਨ ਦਿੱਤਾ ਉਹਦੇ ਨਾਲ ਪਾਰਟੀ ਸਹਿਮਤ ਨਹੀਂ ਹੈ। ਨਾਲੇ ਇਹ ਵੀ ਕਿਹਾ ਵੀ ਇਹੋ ਜਿਹੇ ਬਿਆਨ ਬੂਨ ਜਿਹੜੇ ਨੇ ਉਹ ਦੇਣ ਲਈ ਉਹਦੇ ਕੋਲੇ ਅਧਿਕਾਰ ਨਹੀਂ। ਖੈਰ ਇਹ ਤਾਂ ਗੱਲ ਹੋਈ ਕਿਸਾਨਾਂ ਵਾਲੇ ਬਿਆਨ ਦੀ, ਪਰ ਫਿਲਮ ਦੇ ਮਸਲੇ ਚ ਅਜੇ ਤੱਕ ਮੋਦੀ ਸਰਕਾਰ ਜਿਹੜੀ ਆ ਉਹ ਪੂਰੀ ਅਡੋਲ ਡਟ ਕੇ ਉਹਦੇ ਨਾਲ ਖੜੀ, ਸਿੱਖਾਂ ਦੇ ਸੈਂਟੀਮੈਂਟਸ ਦੀ ਕੋਈ ਪਰਵਾਹ ਨਹੀਂ। ਸਿੱਖਾਂ ਦੇ ਵਿੱਚੋਂ ਇੱਕ ਵਰਗ ਜ਼ਰੂਰ ਚੂੰ ਚੂੰ ਕਰਨ ਲੱਗਿਆ ਹੋਇਆ ਕਿ ਪਹਿਲਾਂ ਫਿਲਮ ਦੇਖ ਤਾਂ ਲਓ, ਦੇਖ ਕੇ ਫਿਰ ਵਿਰੋਧ ਕਰ ਲਿਓ। ਇਹੋ ਜਿਹੇ ਸਿਆਣੇ ਆਪਦੇ ਆਪ ਨੂੰ ਸਮਝਣ ਵਾਲੇ ਉਦੋਂ ਪਤਾ ਨੀ ਕਿੱਥੇ ਮਰੇ ਹੁੰਦੇ ਆ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਦਾ ਵਿਵਾਦ ਹੁੰਦਾ, ਉਦੋਂ ਕਿਉਂ ਨੀ ਕਹਿੰਦੇ ਕਿ ਇੱਕ ਵਾਰੀ ਪਬਲਿਕ ਦੇ ਵਿੱਚ ਲਾ ਦਿਓ ਜੀ, ਜੇ ਨਾ ਕੋਈ ਉਹ ਚ ਠੀਕ ਗੱਲ ਹੋਈ ਸੰਗਤ ਲੋਕ ਪਬਲਿਕ ਦੱਸ ਦੂਗੀ ਫਿਰ ਉਹ ਸੀਨ ਤੁਸੀਂ ਕੱਟ ਦਿਓ। ਉਹਦੇ ਵਾਰੀ ਕਹਿੰਦੇ ਆ ਵੀ ਲੱਗਣੀ ਹੋਈ ਨੀ ਚਾਹੀਦੀ, ਬਹੁਤ ਵਧੀਆ ਕੀਤਾ ਕਹਿੰਦੇ ਜੀ ਸੈਂਸਰ ਬੋਰਡ ਨੇ। ਭਾਈ ਖਾਲੜੇ ਵਾਲੀ ਫਿਲਮ ਆਵੇ ਤਾਂ ਹੋਰ ਤਰ੍ਹਾਂ ਦੇ ਵਿਚਾਰ ਨੇ, ਔਰ ਇਹ ਜਿਹੜੀ ਵਰਾਇਟੀ ਆ ਨਾ ਸਿੱਖਾਂ ਦੇ ਵਿੱਚ ਪੈਦਾ ਹੋਈ, ਸ਼ਰੀਫ ਜੇ ਸਾਂਝੇ ਮਾਂਝੇ ਬਣਨ ਵਾਲੀ ਬਿਰਤੀ, ਇਹ ਬੜੀ ਖਤਰਨਾਕ। ਪਿੱਛੇ ਜੇ ਆਪਾਂ ਚਰਚਾ ਕੀਤੀ ਸੀ ਦੋ ਪ੍ਰੋਗਰਾਮ ਪਹਿਲਾਂ ਕਿ KPS ਗੱਲ ਕਹਿੰਦਾ ਸੀ ਕਿ ਜਿੰਨੇ ਕੁ ਮੈਂ ਮਾਰ ਦਿੱਤੇ ਆ, ਜਿੰਨਾ ਕੁ ਮੈਂ ਜ਼ੁਲਮ ਕੀਤਾ, ਸਿੱਖਾਂ ਦੀ ਸੋਚ ਬਦਲ ਦਿੱਤੀ। ਹੁਣ ਲੱਗਦਾ ਵੀ ਕਈਆਂ ਦੀ ਤਾਂ ਵਾਕਿਆ ਹੀ ਬਦਲੀ ਹੋਈ ਹੈ,
ਆ ਇੱਕ ਵੀਡੀਓ ਦੇਖੀ ਜਿਹਦੇ ਚ ਰਵਨੀਤ ਬਿੱਟੂ ਬਿਆਂਚੇ ਬਿਆਂਤੇ ਬੁੱਚੜ ਦਾ ਪੋਤਾ ਉਹਦੇ ਸਰੋਪੇ ਤੇ ਹਾਰ ਪਾ ਰਹੇ ਨੇ, ਨਾਲੇ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਰਹੇ ਨੇ। ਪਿੱਛੇ ਜੇ ਆਪਾਂ ਗੱਲ ਕੀਤੀ ਸੀ ਵੀ ਇੱਕ ਕਵੀਸ਼ਰੀ ਜਥਾ ਜਿਹੜਾ ਪੁਲਿਸ ਦੇ ਹੀ ਸੋਹਲੇ ਗਾਈ ਜਾਂਦਾ ਵੀ ਪੁਲਿਸ ਬੜੀ ਚੰਗੀ ਹੈ, ਹੁਣ ਇਹ ਬਦਲੀ ਹੋਈ ਸੋਚ ਵਾਲੀ ਨੇ ਨਾ, ਬਦਲੀ ਹੋਈ ਸੋਚ ਵਾਲੇ ਹੁਣ ਇਹੋ ਜਿਹੇ ਅੱਜ ਕੱਲ ਫੇਰ ਲੱਗੇ ਹੋਏ ਨੇ ਕਿ ਕੰਗਣਾ ਰਣੌਤ ਦੀ ਫਿਲਮ ਆ ਤਾਂ ਲੈਣ ਦਿਓ, ਜਦੋਂ ਜਿਹੜੀ ਚੀਜ਼ ਗਲਤ ਹੋਈ ਉਹਦੇ ਤੇ ਆਪਾਂ ਕਿੰਤੂ ਉਦੋਂ ਕਰ ਲਾਂਗੇ। ਇਹਨੂੰ ਕਹਿੰਦੇ ਆ ਬਈ ਨਾ ਤਿੰਨਾਂ ਚ ਨਾ ਤੇਰਾਂ ਚ ਬੋਲਣਾ ਲਾਜ਼ਮੀ। ਮੈਂ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਦਿਨਾਂ ਤੋਂ ਹੀ ਅੱਜ ਤੱਕ ਇੱਕ ਗੱਲ ਕਹਿੰਦਾ ਆਇਆ ਬਈ ਜਿਹੜਾ ਸਿੰਘ ਕੌਮ ਲਈ ਘਰੋਂ ਨਿਕਲਦਾ ਜਦੋਂ ਉਹ ਕੋਈ ਐਕਸ਼ਨ ਕਰਦਾ ਤਾਂ ਉਹਨੂੰ ਭੁਗਤਣਾ ਪਊਗਾ, ਉਹਨੂੰ ਪਤਾ ਵੀ 302 ਲੱਗ ਜੂ ਮੇਰੇ ਤੇ 25, 53, 68 ਐਕਸਪਲੋਸਿਵ ਐਕਟ ਲੱਗ ਜੂ ਜਦੋਂ ਮੈਂ ਹਥਿਆਰਬੰਦ ਹੋ ਕੇ ਕੁਛ ਕਰੂੰ, ਮੈਨੂੰ ਫਾਂਸੀ ਹੋ ਜੂ, ਮੈਨੂੰ ਜੇਲ੍ਹ ਕੱਟਣੀ ਪਊ, ਉਹਨੂੰ ਪਤਾ ਹੁੰਦਾ ਨਾ। ਪਰ ਉਹ ਪਰਵਾਹ ਨਹੀਂ ਕਰਦਾ, ਉਹਨੂੰ ਕੌਮ ਦਾ ਪਿਆਰ ਇੰਨਾ ਜ਼ਿਆਦਾ ਆਇਆ ਹੁੰਦਾ ਵੀ ਉਹ ਪੰਥ ਲਈ ਆਪਦਾ ਸਿਰ ਵਾਰਨ ਨੂੰ ਤਿਆਰ ਹੋਇਆ। ਆ ਖਾੜਕੂ ਜੱਦੋ ਜਹਿਦ ਤੋਂ ਬਾਅਦ 30-30, 35-35 ਸਾਲ ਹੋ ਗਏ ਅੰਦਰ ਬੈਠਿਆਂ ਨੂੰ। ਬਾਹਰ ਬੈਠਿਆਂ ਨੂੰ ਆਪਾਂ ਨੂੰ ਚਿੰਤਾ ਹੁੰਦੀ ਆ, ਆਪਾਂ ਨੂੰ ਆਪਣੇ ਪੰਥਕ ਫਰਜ਼ ਹੋਣ ਦੇ ਨਾਤੇ ਆਪਾਂ ਚਰਚਾ ਕਰਦੇ ਹਾਂ, ਆਪਾਂ ਦੁਨੀਆਂ ਚ ਦੱਸਦੇ ਹਾਂ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਆ, ਸਾਡਾ ਚਲੋ ਫਰਜ਼ ਹੈ। ਪਰ ਮੈਂ ਇਹਨਾਂ ਵਿੱਚੋਂ ਕਦੇ ਕਿਸੇ ਨੂੰ ਨਹੀਂ ਦੇਖਿਆ ਮਿੰਤਾਂ ਤਾਲੇ ਕਰਦੇ ਨੂੰ ਕਿ ਸਾਡੇ ਤੋਂ ਤਾਂ ਗਲਤੀ ਹੋ ਗਈ ਜੀ। ਆ ਪਿੱਛੇ ਜੇ ਰਾਜੋਆਣੇ ਨੂੰ ਜਦੋਂ ਕਿਹਾ ਉਹਨੇ, ਅਮਿਤ ਸ਼ਾਹ ਨੇ, ਰਾਜੋਆਣੇ ਨੇ ਵੀ ਭਾਈ ਬਲਵੰਤ ਸਿੰਘ ਨੇ ਠੋਕ ਵਜਾ ਕੇ ਕਿਹਾ ਨਾ ਕਿ ਕਿਹੜੀ ਮਾਫ਼ੀ, ਕਿਹੜੇ ਚੱਕਰ ਚ ਤੁਰੇ ਫਿਰਦੇ ਹੋ। ਭਾਈ ਜਗਤਾਰ ਸਿੰਘ ਤਾਰਾ ਜਦੋਂ ਗ੍ਰਿਫਤਾਰ ਕਰਕੇ ਉਹ ਇੰਡੀਆ ਲਿਆਉਣਾ ਸੀ, ਉਹਨਾਂ ਦਿਨਾਂ ਦੇ ਵਿੱਚ ਭਾਈ ਗਜਿੰਦਰ ਸਿੰਘ ਨਾਲ ਚਰਚਾ ਹੋ ਰਹੀ ਸੀ, ਉਹ ਬੜੇ ਜਜ਼ਬਾਤੀ ਹੋਏ ਸੀ ਕਿਉਂਕਿ ਭਾਈ ਤਾਰਾ ਉਹਨਾਂ ਕੋਲ ਰਹਿੰਦਾ ਰਿਹਾ ਸੀ। ਉਹ ਕਹਿੰਦੇ ਉਹਨੇ ਚੱਲ ਤਾਂ ਸਾਰਾ ਕੁਛ ਹੀ ਲੈਣਾ, ਪਰ ਜੇ ਆਪਾਂ ਕੋਈ ਹੱਲ ਕੱਢੀਏ ਉਹਦਾ ਪੰਜਾਬ ਇੰਡੀਆ ਲਿਆਉਣ ਤੋਂ ਜੋ ਬਚਾਅ ਹੋ ਸਕੇ। ਸੋ ਉਹਨਾਂ ਪਲਾਂ ਦੇ ਵਿੱਚ ਭਾਜੀ ਗਜਿੰਦਰ ਸਿੰਘ ਬੜੀ ਸ਼ਿੱਦਤ ਨਾਲ, ਦ੍ਰਿੜਤਾ ਨਾਲ, ਕਿਉਂਕਿ ਜਿਹੜੇ ਬੰਦੇ ਦੇ ਨਾਲ ਰਹਿ ਹੋਈ ਉਹਦਾ ਪਤਾ ਹੁੰਦਾ, ਉਹਦੀ ਦ੍ਰਿੜਤਾ ਦੇ ਬਾਰੇ ਦੱਸ ਰਹੇ ਸੀ। ਤੇ ਵਾਕਿਆ ਹੀ ਭਾਈ ਉਹ ਦ੍ਰਿੜਤਾ ਦਾ ਨਮੂਨਾ ਫਿਰ ਦੇਖਣ ਨੂੰ ਮਿਲਿਆ ਜਦੋਂ ਸਟੇਟ ਨੇ ਕੇਸ ਚਲਾਇਆ, ਉਹਨੇ ਅਦਾਲਤ ਚ ਲੈ ਕੇ ਦੇਤਾ, ਉਹ ਪੜ੍ਹਿਆ ਆਪਾਂ ਸਾਰਿਆਂ ਨੇ, ਬੜਾ ਅਖਬਾਰਾਂ ਨੇ ਫਿਰ ਚਮਕਾ ਕੇ ਉਹਦੀ ਬਿਆਨ ਨੂੰ ਉਹਦੇ ਨੂੰ ਲਾਇਆ ਕਿ ਬਿਆਂਤੇ ਨੂੰ ਮਾਰਨ ਤੋਂ ਬਗੈਰ ਕੋਈ ਰਾਹ ਨਹੀਂ ਸੀ, ਅਸੀਂ ਠੋਕਿਆ ਤੇ ਜੋ ਕੀਤਾ ਪੰਥ ਦੀ ਚੜ੍ਹਦੀ ਕਲਾ ਲਈ ਕੀਤਾ, ਸਿੱਖੀ ਅਤੇ ਸਿੱਖਾਂ ਦੇ ਇਤਿਹਾਸ ਨੂੰ ਮਾਣ ਨਾਲ ਭਰਤਾ ਹੈ, ਤੇ ਥੋਤੋਂ ਜਿਹੜਾ ਕੁਛ ਜੱਜ ਸਾਹਿਬ ਸਜ਼ਾ ਸੁਜਾ ਦੇਣ ਦੀ ਦੇ ਲਓ, ਕੋਈ ਚੱਕਰ ਨਹੀਂ। ਜਿਹੜੀ ਉਹ ਸਟੇਟਮੈਂਟ ਆ ਨਾ ਭਾਈ ਜਗਤਾਰ ਸਿੰਘ ਤਾਰੇ ਦੀ, ਉਹ ਪੂਰੇ ਖਾਲਿਸਤਾਨੀ ਖਾੜਕੂ ਸੰਘਰਸ਼ ਦੀ ਨਹੀਂ, ਉਹ ਪੂਰੇ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੀ। ਇੱਥੇ ਇੱਕ ਭਾਈ ਦਰਸ਼ਨ ਸਿੰਘ ਜਿਹੜੇ ਜਥੇਦਾਰ ਅਕਾਲ ਤਖ਼ਤ ਰਹੇ ਨੇ, ਚਲੋ ਕਾਫ਼ੀ ਉਹਨਾਂ ਨਾਲ ਵਿਵਾਦ ਵੀ ਜੁੜੇ ਹੁੰਦੇ, ਉਹਨਾਂ ਦੀ ਇੱਕ ਕਿਤਾਬ ਆਈ ਹੋਈ ਆ, ਉਹਦੇ ਵਿੱਚ ਖੁਦ ਉਹ ਲਿਖਦੇ ਆ ਖਾੜਕੂ ਸੰਘਰਸ਼ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਬਾਤਾਂ ਆਪਦੀ ਕਿਤਾਬ 'ਚ ਲਿਖੀਆਂ ਨੇ, ਪ੍ਰੋਫੈਸਰ ਦਰਸ਼ਨ ਸਿੰਘ ਦੀ ਜਿਹੜੀ ਕਿਤਾਬ ਹੈ। ਜਦੋਂ ਬਟਾਲੇ ਵਾਲਾ ਕਾਂਡ ਵਾਪਰਿਆ, ਜਦੋਂ ਜਥੇਦਾਰ ਮਹਿਲ ਸਿੰਘ ਬੱਬਰ ਤੇ ਜਥੇਦਾਰ ਕੁਲਵੰਤ ਸਿੰਘ ਉਹਨਾਂ ਦੀਆਂ ਸਿੰਘਣੀਆਂ ਉੱਤੇ ਗੋਬਿੰਦ ਰਾਮ ਨੇ ਜ਼ੁਲਮ ਕੀਤਾ ਸੀ,
ਉਸ ਮਸਲੇ ਤੋਂ ਬਾਅਦ ਚ ਪੁਲਿਸ ਅਫਸਰਾਂ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲਬਾਤ ਹੋਈ, ਉਦੋਂ ਜਥੇਦਾਰ ਸੀ ਅਕਾਲ ਤਖ਼ਤ ਦੇ, ਘਰਾਓ ਕੀਤਾ ਸੀ ਡੀਪੋ ਦਾ ਬਟਾਲੇ। ਤਾਂ ਉਹ ਅਫਸਰ ਖੁਦ ਦੱਸਦੇ ਆ ਵੀ ਜਿਹੜੇ ਖਾੜਕੂ ਸੰਘਰਸ਼ ਵਿੱਚ ਫਲਾਨੀ ਜਥੇਬੰਦੀ ਦੇ ਸਿੰਘ ਨੇ ਜਦੋਂ ਫੜੇ ਜਾਂਦੇ ਆ ਠੋਕ ਵਜਾ ਕੇ ਕਹਿੰਦੇ ਆ ਵੀ ਆਹ ਕੁਛ ਤਾਂ ਅਸੀਂ ਕੀਤਾ, ਆਹ ਹੀ ਅਸੀਂ ਕੀਤਾ, ਆਪ ਹੀ ਦੱਸ ਦਿੰਦੇ ਆ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਕਿਹੜੀ ਕਿਹੜੀ ਵਾਰਦਾਤ, ਕਹਿੰਦੇ ਆਹ ਕੀਤਾ, ਬੜਾ ਫਖਰ ਨਾਲ ਮਾਣ ਨਾਲ ਦੱਸਦੇ ਆ ਤੇ ਉਹਨਾਂ ਨੂੰ ਪੱਕਾ ਪਤਾ ਆਪਦੇ ਦਿਲ ਨੂੰ ਕਿ ਅਸੀਂ ਜੋ ਕੀਤਾ ਠੀਕ ਕੀਤਾ। ਜਿਹੜੀ ਕਾਰਵਾਈ ਜਿਹੜਾ ਗਲਤ ਕੰਮ ਆ ਉਹਦਾ ਮਨ ਚ ਹੁੰਦਾ ਵੀ ਅਸੀਂ ਗਲਤ ਕੰਮ ਕੀਤਾ, ਜਿਹੜਾ ਸਹੀ ਕੀਤਾ ਉਹਦਾ ਤਾਂ ਬੰਦਾ ਪ੍ਰਾਊਡ ਕਰਦਾ। ਸੋ ਸਿੱਖਾਂ ਨੇ ਤਾਂ ਸਾਡੇ ਇਤਿਹਾਸ ਨੇ ਤਾਂ ਇੱਕ ਨਵਾਂ ਹੀ ਇਤਿਹਾਸ ਸਿਰਜਿਆ, ਜਿਵੇਂ ਭਾਈ ਵਿਧੀ ਚੰਦ, ਚੋਰੀ ਕਰਨੀ ਤਾਂ ਭਾਈ ਮਾੜੀ ਗੱਲ ਆ ਪਰ ਸਾਡੇ ਤਾਂ ਤੁਹਾਡੀ ਗਾ ਗਾ ਕੇ ਸੁਣਾਉਂਦੇ ਆ ਕਿ ਕਿਵੇਂ ਲਾਹੌਰ ਦੇ ਕੇਰੇ ਵਿੱਚੋਂ ਘੋੜੇ ਲੈ ਕੇ ਜਾਂਦੇ। ਹੁਣ ਇੱਥੇ ਕਈ ਮੱਤਾਂ ਦੇਣ ਬਹਿ ਜਾਂਦੇ ਆ ਕਿ ਯਾਰ ਔਰਤ ਤੇ ਵਾਰ ਨੀ ਸੀ ਕਰਨਾ, ਪਰ ਸਾਡੇ ਤਾਂ ਢਾਡੀ ਰਾਗੀ ਗਾਣੇ ਕਮਿਸ਼ਨ ਗਾਉਂਦੇ ਆ ਨਾ, ਤੇ ਇੰਦਰਾ ਗਾਂਧੀ ਨੂੰ ਫਿਰ ਕਿਵੇਂ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਤਵੰਤ ਸਿੰਘ ਨੇ, ਉਹਨੂੰ ਵੀ ਤਾਂ ਪਤਾ ਹੀ ਸੀ ਇੰਦਰਾ ਨੂੰ, ਉਹ ਵੀ ਤਾਂ ਔਰਤ ਹੋਣ ਦੇ ਨਾਤੇ ਸੋਚਦੀ ਕਿ ਮੈਂ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੇ ਬੀਬੀਆਂ ਤੇ ਅਕਾਲ ਤਖ਼ਤ ਸਾਹਿਬ ਤੇ ਧਰਮ ਦੇ ਮਾਮਲੇ ਚ ਬੀਬੀਆਂ ਤਾਂ ਵੈਸੇ ਹੀ ਸੋਹਲ ਤੇ ਕੋਮਲ ਦੇ ਹਿਰਦੇ ਵਾਲੀਆਂ ਹੁੰਦੀਆਂ, ਪਰ ਜਿੱਡਾ ਵੱਡਾ ਮਾੜਾ ਕਾਰਜ ਉਹਨੇ ਕੀਤਾ ਤੇ ਉਦੋਂ ਬਾਅਦ ਚ ਚਾਹੇ ਸੁਬਰਾ ਮਨੀਅਮ ਸੁਬਾਮੀ ਹੈ ਤੇ ਚਾਹੇ ਉਹਨੇ ਜਿਹੜੀ ਉਹਦੀ ਉਹਨੇ ਪਿਊਪਲ ਜੈਕਾਰ ਕੋਈ ਏਦਾਂ ਦਾ ਨਾਂ ਜਾਂ ਲੈਂਦੇ ਆ ਜਿਹਨੇ ਉਹਦੀ ਲਾਈਫ ਸਟੋਰੀ ਲਿਖੀ ਆ, ਉਹ ਸਾਰੇ ਕਹਿੰਦੇ ਆ ਕਿ ਉਹ ਕਹਿੰਦੀ ਹੁੰਦੀ ਸੀ ਕਿ ਮੈਨੂੰ ਛੱਡਣਾ ਨੀ ਸਿੱਖਾਂ ਨੇ, ਤੇ ਫਿਰ ਸਿੱਖਾਂ ਨੇ ਭਾਈ ਨਹੀਂ ਛੱਡਿਆ। ਉਹ ਅੱਜ ਸਾਡਾ ਇਤਿਹਾਸ ਆ ਜਿਹੜਾ ਮਾਣ ਮੱਤਾ, ਉਹ ਵਾਰ ਵਾਰ ਸਾਨੂੰ ਇਸ ਗੱਲ ਦੇ ਲਈ ਪ੍ਰੇਰਨਾ ਦਿੰਦਾ ਕਿ ਕਿੱਥੇ ਅਸੀਂ ਕੀ ਕੀਤਾ। ਜਿਵੇਂ ਜਦੋਂ ਭਾਈ ਪ੍ਰਗਟ ਸਿੰਘ ਰਵੈਰੋ ਕਾਂਡ ਵਾਲੇ ਮੇਰੇ ਨਾਲ ਕਈ ਵਾਰੀ ਵਿਚਾਰ ਕਰਦੇ ਹੁੰਦੇ ਆ, ਵਿਚਾਰੇ ਜਰਮਨ ਚ ਬੈਠੇ ਆ, ਇੰਡੀਆ ਨਹੀਂ ਆ ਸਕਦੇ, ਉਹਨਾਂ ਦਾ ਮੈਂ ਸਾਰਾ ਇਤਿਹਾਸ ਜਦੋਂ ਲਿਖਣਾ ਸੀ ਇੱਕ ਕਿਤਾਬ ਉਦੋਂ ਛਪੀ ਹੋਈ ਮਿਲੀ ਉਹਨਾਂ ਬਾਰੇ, ਅੱਜ ਦੇ ਊਧਮ ਸਿੰਘ ਵੀ ਕਿਵੇਂ ਰੋਮਾਨੀਆ ਚ ਜਾ ਕੇ ਰਵੈਰੋ ਨੂੰ ਅਟੈਕ ਕੀਤਾ, ਚਲੋ ਉਹਦੀ ਵਧੀ ਸੀ ਤੇ ਉਹਦੀ ਘਰਵਾਲੀ ਨਾਲ ਸੀ, ਜੇ ਚਾਹੁੰਦੇ ਤਾਂ ਰਵੈਰੋ ਨੂੰ ਸੋਧਾ ਚੰਗੀ ਤਰ੍ਹਾਂ ਲੱਗ ਸਕਦਾ ਸੀ, ਪਰ ਉਹਦੀ ਘਰਵਾਲੀ ਹੋਣ ਕਰਕੇ ਉਹਦਾ ਬਚਾਅ ਹੋ ਗਿਆ। ਔਰ ਇਹ ਗੱਲ ਜਦੋਂ ਅਦਾਲਤ ਵਿੱਚ ਆਈ ਤਾਂ ਜਿੰਨੇ ਉੱਥੇ ਖੜੇ ਸੀ ਸਾਰੇ ਪਰਲ ਪਰਲ ਅੱਖਾਂ ਚੋਂ ਹੰਝੂ ਵਗਦੇ ਸੀਗੇ, ਉਹ ਪੜ੍ਹਨ ਵਾਲਾ ਸਾਰਾ ਇਤਿਹਾਸ। ਜਦੋਂ ਅਦਾਲਤ ਵਿੱਚ ਸਿੰਘਾਂ ਨੇ ਦੱਸਿਆ ਕਿ ਜੀ ਅਸੀਂ ਕੀ ਕਰਦੇ ਉਹਦੀ ਘਰਵਾਲੀ ਨਾਲ ਸੀ, ਅਸੀਂ ਤਾਂ ਫਿਰ ਥੋੜੇ ਦਾ ਕੱਚਾ ਕੰਮ ਰਹੇ, ਤੇ ਜਿੱਦਣ ਵੈਦਿਆਂ ਨੂੰ ਸੋਧਣ ਗਏ ਆ ਉਦਣ ਵੀ ਬੀਬੀ ਨਾਲ ਸੀ ਉਹਦੀ ਘਰਵਾਲੀ, ਤੇ ਉਹਨੂੰ ਉਹਦੀ ਕਰਕੇ ਥੋੜਾ ਜਿਹਾ ਕੰਮ ਕਸੂਤਾ ਜਿਹਾ ਹੋ ਗਿਆ। ਕਹਿਣ ਤੋਂ ਭਾਵੇਂ ਭਾਈ ਜਿੰਦੇ ਸੁੱਖੇ ਨੇ ਜਾਂ ਭਾਈ ਤਾਰੇ ਨੇ ਜਾਂ ਹੋਰ ਸਾਰਿਆਂ ਨੇ ਇਤਿਹਾਸ ਸਿਰਜਿਆ ਤੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਸਭ ਤੋਂ ਮਾੜਾ ਹੋ ਗਿਆ ਗਲਤ ਹੋ ਗਿਆ, ਤੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਐਵੇਂ ਲੇਰਾਂ ਮਾਰੀ ਜਾਊ ਵੀ ਹਾਂ ਇਹ ਮਾਹੌਲ ਖਰਾਬ ਹੋ ਜੂ, ਹਾਲਾਤ ਖਰਾਬ ਹੋ ਜੂ, ਬਈ ਜਿਹਦੀਆਂ ਅੱਖਾਂ ਦੁੱਗਣਗੀਆਂ ਆਪੇ ਹੀ ਪੱਟੀ ਬੰਨੂ, ਆਪੇ ਹੀ ਐਨਕਾਂ ਲਾ ਲੂ, ਆਪੇ ਇਲਾਜ ਕਰਾ ਲੂ, ਤੁਸੀਂ ਕਦੋਂ ਚੀਕਾਂ ਮਾਰੀ ਜਾਂਦੇ ਹੋ। ਸ਼ੁਕਰ ਕਰਿਆ ਕਰੋ ਅੱਜ ਵੀ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਸੂਰਮੇ ਚਾਰ ਹੈਗੇ ਜਿਹੜੇ ਪੰਥ ਲਈ ਸਿਰ ਤਲੀ ਤੇ ਰੱਖ ਲੈਂਦੇ ਆ,
ਸ਼ੁਕਰ ਕਰਿਆ ਕਰੋ ਅੱਜ ਵੀ ਕੌਮ ਦੀ ਗੱਲ ਕਰਨ ਵਾਲੇ ਹੈਗੇ ਆ ਤੇ ਨਹੀਂ ਜਿਹੋ ਜਿਹਾ ਮਾਹੌਲ ਸਾਡੇ ਆਲੇ ਦੁਆਲੇ ਸਿਰਜਿਆ ਜਾ ਰਿਹਾ ਉਹ ਆਹੀ ਚਾਹੁੰਦੇ ਆ ਵੀ ਸਿੱਖਾਂ ਦੇ ਮੁੰਡਿਆਂ ਕੁੜੀਆਂ ਦੇ ਦਿਲ ਦਿਮਾਗ ਵਿੱਚੋਂ ਪੰਥ ਲਈ ਕੌਮ ਲਈ ਲੜਨ ਮਰਨ ਦਾ ਜਜ਼ਬਾ ਖਤਮ ਹੋ ਜਾਵੇ। ਹਿੰਦੂਆਂ ਦੇ ਵਿੱਚ ਪਹਾੜੇ ਦੇ ਬੰਦੇ ਲੈ ਕੇ ਸੁਪਾਰੀ ਕਿਲਿੰਗ ਉਹ ਸਾਰਾ ਕੁਝ ਚੱਲਦਾ ਨਾ, ਇਸੇ ਕਰਕੇ ਜਦੋਂ ਇੰਦਰਾ ਗਾਂਧੀ ਠੋਕੀ ਤਾਂ ਇੱਥੇ ਸਤਵੰਤ ਸਿੰਘ ਦੇ ਘਰੇ ਜਾ ਕੇ ਕਹਿੰਦੇ ਸੀ ਉਹ ਡਾਲਰ ਜਾਂ ਪੈਸੇ ਤੁਹਾਨੂੰ ਮਿਲੇ ਹੋਣੇ ਆ ਉਹ ਦਿਖਾਓ ਕਿੱਥੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਐ ਕਿਵੇਂ ਕੋਈ। ਔਰ ਹਿੰਦੂ ਭਾਈਚਾਰੇ ਦੇ NIA ਵਾਲੇ ਜਦੋਂ ਪੁੱਛਗਿੱਛ ਕਰਦੇ ਆ ਉੱਥੇ ਤੁਸੀਂ ਦੇਖੋ ਉਹਨਾਂ ਦਾ ਹਰ ਗੱਲ 'ਚ ਇਹ ਹੁੰਦਾ ਇਹ ਤਾਂ ਪੈਸੇ ਨਾਲ ਕੰਮ ਕਰਦੇ ਆ। ਔਰ ਜਿਹੜੀ ਵੀ ਕੋਈ ਪੁੱਛਗਿੱਛ ਕਰਦੇ ਆ ਨਾ ਏਜੰਸੀਆਂ ਵਾਲੇ ਦਿੱਲੀ ਵਾਲੇ ਲਾ ਲਏ ਉਹ ਇਸੇ ਹਿਸਾਬ ਨਾਲ ਕਰਦੇ ਆ ਵੀ ਸਿੱਖ ਜਿਹੜੇ ਨੇ ਇਹ ਕਿਸੇ ਪੈਸੇ ਪੂਸੇ ਦੇ ਲਾਲਚ ਵਿੱਚ ਖਨੀਏ ਫਿਰਦੇ ਆ ਵੀ ਫਾਂਸੀਆਂ ਤੇ ਚੜ੍ਹਨ ਨੂੰ ਅਗਲੇ ਤਿਆਰ ਖੜੇ ਆ ਜੇਲ੍ਹਾਂ ਕੱਟੀ ਜਾਂਦੇ। ਇਸੇ ਵਿਰਤੀ ਦਾ ਅਸਰ ਸਾਡੇ ਭਾਈਚਾਰੇ ਦੇ ਵਿੱਚ ਵੀ ਕੁਛ ਲੋਕਾਂ ਤੇ ਹੋਇਆ ਹੋਇਆ ਕਿ ਜੀ ਇਹ ਤਾਂ ਪਾਕਿਸਤਾਨ ਦੇ ਆਖੇ ਲੱਗ ਕੇ ਇਹ ਤਾਂ ਜੀ ਬਾਹਰੋਂ ਆਏ ਡਾਲਰਾਂ ਦੇ ਲਾਲਚ ਵਿੱਚ ਪਤਾ ਨੀ ਕੀ ਕਰੀ ਜਾਂਦੇ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਕੰਗਣਾ ਰਣੌਤ ਦੀ ਫਿਲਮ ਆ ਨਾ ਉਹਦੀ ਤਕਲੀਫ ਸਿੱਖਾਂ ਨੂੰ ਇਹ ਥੋੜੀ ਆ ਕਿ ਉਹ ਚ ਕਹਿੰਦੇ ਆ ਵੀ ਸੰਤ ਭਿੰਡਰਾਂ ਵਾਲੇ ਖਾਲਿਸਤਾਨ ਮੰਗਦੇ। ਖਾਲਿਸਤਾਨ ਤਾਂ ਬੜੀ ਚੰਗੀ ਗੱਲ ਆ, ਜੇਕਰ ਕੰਗਣਾ ਰਣੌਤ ਜਾਂ ਕੋਈ ਵੀ ਕਿਸੇ ਫਿਲਮ ਚ ਇਹ ਦਿਖਾਵੇ ਕਿ ਸੰਤ ਭਿੰਡਰਾਂ ਵਾਲੇ ਜਾਂ ਸਿੱਖ ਖਾਲਿਸਤਾਨ ਦੀ ਲੜਾਈ ਲੜਦੇ ਸੀ ਤਾਂ ਹੋਰ ਕੀ ਚਾਹੀਦਾ, ਪਰ ਸੱਚਾਈ ਇਹ ਆ ਕਿ ਉਹ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਕਰਦਾਰ ਕੁਸ਼ੀ ਕਰਨ ਲਈ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਜਦੋਂ ਕਰਦੇ ਆ ਉਹ ਤਕਲੀਫ। ਕੰਗਣਾ ਰਣੌਤ ਇਸ ਫਿਲਮ ਦੇ ਰਾਹੀਂ ਇਹ ਦਿਖਾਉਣ ਜਾ ਰਹੀ ਆ ਕਿ ਸੰਤ ਭਿੰਡਰਾਂ ਵਾਲੇ ਕਾਂਗਰਸ ਨਾਲ ਇੰਦਰਾ ਗਾਂਧੀ ਨਾਲ ਮਿਲ ਕੇ ਚੱਲਦੇ। ਇਹ ਗੱਲ ਕੁਲਦੀਪ ਨਈਅਰ ਇੱਕ ਉਹ ਜਿਹੜੀ ਕਿਤਾਬ ਆਈ ਸੀ ਮਾਰਕ ਟੱਲੀ ਤੇ ਸਤੀਸ਼ ਜੈਕ ਵਾਲੀ ਇਹਨਾਂ ਸਾਰਿਆਂ ਨੇ ਮੱਖੀ ਤੋਂ ਮੱਖੀ ਮਾਰੀ। ਸਰਦਾਰ ਜਗਤਾਰ ਸਿੰਘ ਜਿਹਨਾਂ ਦੀਆਂ ਦੋ ਕਿਤਾਬਾਂ ਆਈਆਂ ਨੇ, ਜਰਨਲਿਸਟ ਰਹੇ ਨੇ ਤੇ ਅੱਜ ਕੱਲ੍ਹ ਮੀਡੀਆ 'ਚ ਕਾਫ਼ੀ ਐਕਟਿਵ ਨੇ, ਉਹਨਾਂ ਨੇ ਪਿੱਛੇ ਜੇ ਜਿਹੜੀ ਢਿੱਲੋਂ ਆਉਂਦੇ GVS ਸਿੱਧੂ ਨੇ ਕਿਤਾਬ ਲਿਖੀ ਸੀ ਖਾਲਿਸਤਾਨ ਛੱਜਸ਼ਾਲੀ ਉਹਦੇ ਉੱਤੇ ਉਹਨੂੰ ਘੇਰਿਆ ਸੀ, ਉਹ ਗੱਲ ਨਹੀਂ ਸੀ ਉਹਨੇ ਆਉਂਦੀ। ਅੱਜ ਜਾ ਕੇ ਦੇਖ ਲਓ ਯੂਟਿਊਬ ਦੇ ਉੱਤੇ ਪਈ ਆ ਸਾਰੀ ਇੰਟਰਵਿਊ ਜੀ ਉਹਨਾਂ ਦੀ ਚਾਰ ਜਣਿਆਂ ਦੀ ਜਦੋਂ ਕਿਤਾਬ ਆਈ ਸਿੱਧੂ ਵਾਲੀ ਖਾਲਿਸਤਾਨ ਦੀ ਸਾਜਿਸ਼। ਕੁੱਲ ਮਿਲਾ ਕੇ ਸਾਡੀ ਕੌਮ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜੇਕਰ ਅਸੀਂ ਆਪਦੇ ਆਪ ਨੂੰ ਖੁਦ ਡਿਫਾਈਨ ਨਹੀਂ ਕਰਾਂਗੇ ਫਿਰ ਦੁਸ਼ਮਣ ਡਿਫਾਈਨ ਕਰੂਗਾ। ਫਿਰ ਆ ਐਮਰਜੈਂਸੀ ਵਰਗੀਆਂ ਫਿਲਮਾਂ ਜਾਂ ਹੋਰ ਨਾਟਕਾਂ ਚੇਟਕਾਂ ਹੋਰ ਢੰਗ ਤਰੀਕਿਆਂ ਰਾਹੀਂ ਦੁਸ਼ਮਣ ਦੱਸੂਗਾ ਕਿ ਭਿੰਡਰਾਂ ਵਾਲੇ ਸੰਤ ਕੀ ਸੀ, ਸਿੱਖੀ ਕੀ ਆ, ਗੁਰੂ ਸਾਹਿਬਾਨ ਕੀ ਆ, ਖਾਲਿਸਤਾਨ ਗਲਤ ਆ। ਇਹ ਸਾਰੀਆਂ ਗੱਲਾਂ ਲਈ ਜ਼ਰੂਰੀ ਆ ਕਿ ਸਿੱਖ ਆਪਦੀ ਤਾਕਤ ਆਪਦੀ ਸ਼ਕਤੀ ਆਪਦੀ ਸਮਰੱਥਾ ਨੂੰ ਮਜ਼ਬੂਤ ਕਰਨ, ਖਾਲਿਸਤਾਨ ਲੈਣ। ਅੱਜ ਕੱਲ੍ਹ ਦਾ ਕੰਮ ਹੀ ਉਲਟਾ ਹੋਇਆ ਪਿਆ। ਇੱਥੇ ਬੀਬੀ ਇੱਕ ਮਨਵੀਰ ਕੌਰ ਆ, ਉਹਨੇ ਸੋਸ਼ਲ ਪੋਸਟ ਨਾਉਂ ਦਾ ਕੋਈ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ। ਉਹ ਲੱਭ ਲੱਭ ਕੇ ਸਾਰੇ ਸੰਸਾਰ ਦੇ ਵਿੱਚੋਂ ਉਹ ਬੰਦੇ ਲਿਆ ਰਹੀ ਆ ਜਿਹੜੇ ਕਿਸੇ ਵੇਲੇ ਸਿੱਖ ਸੰਘਰਸ਼ ਦਾ ਹਿੱਸਾ ਰਹੇ ਹੋਣ ਤੇ ਹੁਣ ਉਹ ਭਾਰਤ ਮਾਤਾ ਕੀ ਜੈ ਕਹਿ ਕੇ ਖਾਲਿਸਤਾਨ ਦੇ ਖਿਲਾਫ ਹੋਏ ਹੋਣ। ਤੇ ਜਿਹੜੇ ਉੱਥੇ ਚੈਨਲ ਤੇ ਆਉਂਦੇ ਆ ਨਾ ਉਹ ਬੜੇ ਬੀਬੇ ਰਾਣੇ ਜੇ ਬਣ ਕੇ ਕਹਿੰਦੇ ਆ ਜੀ ਅਸੀਂ ਵੀ ਕਿਸੇ ਵੇਲੇ ਇਸ ਸੰਘਰਸ਼ ਦਾ ਹਿੱਸਾ ਰਹੇ ਹਾਂ, ਪਰ ਸਾਡੀ ਕੋਈ ਹੁਣ ਤਸੱਲੀ ਨਹੀਂ ਹੈਗੀ। ਇਹ ਕੋਈ ਡਾਕੂਮੈਂਟ ਦਿਖਾ ਦੇਣ, ਇਹ ਕੋਈ ਦਸਤਾਵੇਜ਼ ਦਿਖਾ ਦੇਣ ਜੀ ਤੋਂ ਅਸੀਂ ਵੀ ਫਿਰ ਪ੍ਰਭਾਵਿਤ ਹੋ ਜਾਈਏ ਵੀ ਜਦੋਂ ਤੁਸੀਂ ਲੜੇ ਸੀ ਪਹਿਲਾਂ ਉਦੋਂ ਤੁਸੀਂ ਮੰਗਣਾ ਸੀ ਪਹਿਲਾਂ ਸਾਨੂੰ ਡਾਕੂਮੈਂਟ ਦਿਖਾਓ।
ਹੁਣ ਵੀ ਜਿਹੜੇ ਇਸ ਵੇਲੇ ਲੜਨ ਲਈ ਕੌਮ ਦੇ ਸੰਘਰਸ਼ ਵਿੱਚ ਆ ਰਹੇ ਨੇ, ਉਹਨਾਂ ਨੂੰ ਤਾਂ ਕੋਈ ਬਿਰਤਾ ਨਹੀਂ ਪਈ ਹੋਈ, ਤੁਹਾਨੂੰ ਬਿਰਤਾ ਨਾ, ਤੇ ਤੁਸੀਂ ਕਹਿੰਦੇ ਹੋ ਅਸੀਂ ਖਾਲਿਸਤਾਨ ਦੇ ਹੱਕ 'ਚ ਤਾਂ ਹੈਗੇ ਆ, ਪਰ ਕੋਈ ਡਾਕੂਮੈਂਟ ਨਹੀਂ ਭਾਈ। ਡਾਕੂਮੈਂਟ ਆਪਦੀ ਮਰਜ਼ੀ ਦਾ ਬਣਾ ਲਓ, ਕੱਲ ਨੂੰ ਫਿਰ ਸਾਡਾ ਹੀ ਬਣਾਏ ਵਿੱਚ ਫਿਰ ਵਾਪਸ ਕੱਢਦੇ ਫਿਰੋਗੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਉਦੋਂ ਕਿਹੜਾ ਡਾਕੂਮੈਂਟ ਸੀ? ਜਦੋਂ 6 ਰਿਆਸਤਾਂ ਕਾਇਮ ਹੋਈਆਂ, ਜਿੱਦਣ ਮੱਸੇ ਰੰਗੜ ਨੂੰ ਸੋਧਾ ਲਾਉਣਾ ਸੀ, ਪਹਿਲਾਂ ਡਾਕੂਮੈਂਟ ਬਣਾਇਆ ਬਣਾਉਂਦੇ ਹੋ ਵੀ ਤੁਹਾਡੀ ਤਸੱਲੀ ਕਰਾਉਣੀ। 1984 ਤੋਂ ਪਹਿਲਾਂ ਕਿਸੇ ਸਿੱਖ ਨੂੰ ਯਕੀਨ ਹੀ ਨਹੀਂ ਸੀ ਵੀ ਦਿੱਲੀ ਵਾਲੇ ਆਹ ਕਰਨਗੇ, ਤੇ ਉਦੋਂ ਇੱਕਦਮ ਜਿਹੜਾ ਕੁਛ ਸਿਰ 'ਚ ਪਈ ਤੋਂ ਚੇਤੇ ਆਇਆ ਅਗਲਿਆਂ ਨੇ ਕਰ ਲਿਆ, ਤੁਸੀਂ ਉੱਥੇ ਡਾਕੂਮੈਂਟ ਭਾਲ ਦਿੱਤੇ ਵੀ ਪਹਿਲਾਂ ਬੈਠ ਕੇ ਤਸੱਲੀ ਕਰਨੀ ਚਾਹੀਦੀ ਸੀ ਨਾ ਆਪਾਂ ਨੂੰ, ਕੀ ਕਰਨਾ ਚਾਹੀਦਾ। ਆਪਾਂ ਬਾਜ਼ਾਰ 'ਚ ਖੜੇ ਹੋਈਏ, ਇੱਕ ਬੰਦਾ ਆਵੇ ਠਾਹ ਦਿੰਦੇ ਆ ਕੇ ਮਗਰ ਧੌਣ 'ਚ ਸਿੱਟੇ, ਤੇ ਉਦੋਂ ਜਿਹੜਾ ਕੁਛ ਹੱਥ 'ਚ ਆਉਂਦਾ ਆਪਾਂ ਰਗੜ ਦਿੰਦੇ ਹਾਂ, ਚਾਹੇ ਆਪਾਂ ਤਕੜੇ ਹੋਈਏ ਚਾਹੇ ਮਾੜੇ ਹੋਈਏ। ਉਵੇਂ ਹੀ ਸਿੱਖਾਂ ਨੂੰ ਲੜਨਾ ਪਿਆ, ਸਿੱਖਾਂ ਦੇ ਤਾਂ ਗੜ ਲੜਾਈ ਪੈਗੀ। ਸਿੱਖਾਂ ਨੇ ਕੋਈ ਗਿਣ ਮਿਥ ਕੇ, ਦੁਸ਼ਮਣ ਨੇ ਸਾਨੂੰ ਆਪਦੇ ਹਿਸਾਬ ਨਾਲ ਉਹਦੀ ਫੁੱਲ ਤਿਆਰੀ ਸੀ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਵੱਧ ਤੋਂ ਵੱਧ ਇੰਨਾ ਕੁ ਕਰਨਗੇ ਤੇ ਆਪਾਂ ਉਹਦੀ ਤਿਆਰੀ ਕਰੋ। ਉਹ ਅਗਲੇ ਪੂਰੀ ਤਿਆਰੀ ਨਾਲ ਲੜੇ, ਅਸੀਂ ਜੋ ਸਾਤੋਂ ਹੋਏ ਆ 10-15 ਸਾਲ ਕੌਮ ਨੇ ਕਰ ਲਿਆ, ਤੇ ਉਦੋਂ ਬਾਅਦ ਵਿੱਚ ਹੁਣ ਦਿੱਲੀ ਵਾਲੇ ਸਾਰਾ ਇੰਡੀਆ ਸਾਰੀਆਂ ਏਜੰਸੀਆਂ ਹੁਣ ਤੱਕ ਕਲਪਦੀਆਂ ਫਿਰਦੀਆਂ ਨੇ ਵੀ ਚੰਗਾ ਪੰਗਾ ਲਿਆ। ਉਹਨਾਂ ਨੂੰ ਤਾਂ ਲੱਗਦਾ ਸੀਗਾ ਵੀ ਬਸ ਆ ਇੰਨੇ ਕੁ ਬੰਦੇ ਮਾਰਨ ਤੋਂ ਬਾਅਦ ਸ਼ਾਂਤੀ ਸਦਾ ਲਈ, ਪਰ ਹੁਣ ਤੱਕ ਕੰਮ ਚੱਲੀ ਜਾਂਦਾ ਤੇ ਇਹ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹਥਿਆਰਬੰਦ AK-47 ਮਾਰਕਾ ਖਾਲਿਸਤਾਨੀ ਜੁਝਾਰੂ ਖਾੜਕੂਆਂ ਦੇ ਸਮਾਪਤੀ ਹੋ ਜਾਣ ਤੋਂ ਬਾਅਦ ਵੀ ਓਵਰਗਰਾਉਂਡ ਫਰੰਟ ਦੇ ਉੱਤੇ ਹੁਣ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਮਾਇਤ ਜਿਹੜੀ ਆ ਖਾਲਿਸਤਾਨ ਦੇ ਏਜੰਡੇ ਨੂੰ, ਸੰਘਰਸ਼ ਨੂੰ ਮਿਲ ਰਹੀ। ਸੋ ਇੱਕ ਪਾਸੇ ਤਾਂ ਦੁਸ਼ਮਣ ਜਿਹੜਾ ਹੈ ਉਹ ਦਿਨੋ ਦਿਨ ਹੱਥਾਂ ਪੈਰਾਂ 'ਚ ਆ ਰਿਹਾ ਕਿ ਖਾਲਿਸਤਾਨ ਦੀ ਅਟਲਤਾ ਅਡੋਲਤਾ ਵੀ ਬਣੂਗਾ ਹੀ ਬਣੂਗਾ, ਇਹ ਸਾਫ਼ ਹੁੰਦੀ ਜਾ ਰਹੀ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚੋਂ ਉਹ ਮਾਤਾ ਦਾ ਮਾਲ ਜਿਹੜਾ ਦਿੱਲੀ ਦਰਬਾਰ ਨੂੰ ਰਾਹ ਖੋਲ ਖੋਲ ਕੇ ਦੇ ਰਿਹਾ ਕਿ ਹਜ਼ੂਰ ਸਾਹਿਬ ਦੇ ਤਖ਼ਤ ਰਾਹੀਂ ਤੰਗ ਕਰ ਲਓ ਜੀ ਸਿੱਖਾਂ ਨੂੰ, ਪਟਨਾ ਸਾਹਿਬ ਦੇ ਤਖ਼ਤ ਰਾਹੀਂ ਤੰਗ ਕਰ ਲਓ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ, ਅਕਾਲੀ ਦਲ, ਸਿੱਖ ਸੰਸਥਾਵਾਂ, ਦੁਸ਼ਮਣ ਕੀ ਕਰਦਾ ਹੈ ਇਹਦੀ ਚਿੰਤਾ ਨਹੀਂ। ਸਾਡੀ ਕੌਮ ਦੇ ਉਹ ਬੰਦੇ ਜਿਹੜੇ ਦੁਸ਼ਮਣ ਦੇ ਏਜੰਡੇ ਤਹਿਤ ਚੱਲਦੇ ਆ ਉਹਦੀ ਚਿੰਤਾ ਜ਼ਰੂਰ। ਆ ਜਿਹੜਾ ਇੱਕ ਸੀਰੀਅਲ ਆਉਂਦਾ ਸੀ ਔਰਤ ਉਲ ਗਾਜ਼ੀ, ਉਹਦੇ ਵਿੱਚ ਮੈਂ ਤਾਂ ਪੂਰਾ ਦੇਖ ਨਹੀਂ ਸਕਿਆ ਕਿ ਸੱਜਣ ਨੇ ਦੇਖਿਆ, ਉਹ ਕਹਿੰਦਾ ਮੁੱਖ ਭੂਮਿਕਾ ਮੁੱਖ ਗੱਲ ਹੀ ਉਹਦੇ ਚ ਇਹ ਨਿਬੜਦੀ ਆ ਵੀ ਦੁਸ਼ਮਣ ਨੂੰ ਤਾਂ ਬਾਅਦ ਚ ਦੇਖ ਲਿਓ, ਪਰ ਜਿਹੜਾ ਨਾਲ ਬੈਠਾ ਗਦਾਰ ਆ ਤੁਹਾਡਾ ਇਹਨੂੰ ਨਾ ਬਖਸ਼ੋ। ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਭਾਰਤ ਮਾਤਾ ਕੀ ਜੈ ਕਹਿ ਕੇ ਨਾਲੇ ਤਾਂ ਆਪਦੀ ਕੌਮ ਦੇ ਹਰ ਮਸਲੇ ਨੂੰ ਦਿੱਲੀ ਤੇ ਨਾਗਪੁਰ ਦੇ ਨਜ਼ਰੀਏ ਅਨੁਸਾਰ ਦੇਖਣ ਦਾ ਆਦੀ ਹੁੰਦਾ ਜਾ ਰਿਹਾ। ਬਥੇਰੇ ਨੇ ਜਿਹੜੇ ਕਹਿੰਦੇ ਫਿਰਦੇ ਆ ਸਿੱਖ ਤਾਂ ਜੀ ਹਿੰਦੂਆਂ ਦੀ ਰਾਖੀ ਲਈ ਸਾਜੇ, ਸਿੱਖ ਤਾਂ ਜੀ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ, ਸੰਤ ਭਿੰਡਰਾਂ ਵਾਲੇ ਵਾਕਿਆ ਹੀ ਕਾਂਗਰਸ ਦੇ ਏਜੰਟ ਸੀਗੇ, ਖਾਲਿਸਤਾਨ ਦਾ ਸੰਘਰਸ਼ ਤਾਂ ਜੀ ਦਿੱਲੀ ਵਾਲਿਆਂ ਨੇ ਤੋਰੇ, ਬੜਾ ਇਹੋ ਜਿਹੀਆਂ ਗੱਲਾਂ ਜਵਲੀਆਂ ਮਾਰਨ ਵਾਲੇ ਫਿਰਦੇ। ਇਹ ਸਾਰੇ ਦਿੱਲੀ ਦੇ ਸਿਖਾਏ ਹੋਏ ਤੋਤੇ ਬਣ। ਤੇ ਦੂਜਾ ਜਿਹੜਾ ਵਰਗ ਵਾ ਜਿਹੜਾ ਖਾਲਿਸਤਾਨ ਨੂੰ ਸਮਰਪਿਤ ਆ, ਉਹਦੇ ਵਿੱਚੋਂ ਬੰਦੇ ਪੱਟ ਪੱਟ ਕੇ ਸਿੱਖ ਪਰਿਵਾਰਾਂ ਚੋਂ ਜੰਮੇ ਜਾਏ ਬੱਚੇ ਬੱਚੀਆਂ ਚੈਨਲਾਂ ਦੇ ਰਾਹੀਂ ਕੌਮ ਦੇ ਖਿਲਾਫ ਲੱਗੇ ਹੋਏ ਨੇ। ਇੰਨੇ ਖਿਲਾਫ ਮਾਹੌਲ ਦੇ ਵਿੱਚ ਸਾਨੂੰ ਤਸੱਲੀ ਆ
ਸਾਨੂੰ ਇਸ ਗੱਲ ਦਾ ਯਕੀਨ ਆ ਕਿ ਇਹ ਸਾਰੀਆਂ ਜਿਹੜੀਆਂ ਉਲਟ ਚਾਲਾਂ ਚੱਲੀਆਂ ਜਾ ਰਹੀਆਂ ਨੇ ਅਸਫਲ ਹੋਣਗੀਆਂ, ਸਿੱਖ ਆਪਦੇ ਨਿਸ਼ਾਨੇ ਤੇ ਲਾਜ਼ਮੀ ਪਹੁੰਚਣਗੇ। ਇਤਿਹਾਸ ਦੇ ਵਿੱਚ ਇਹ ਗੱਲ ਲਾਜ਼ਮੀ ਆਏਗੀ ਕਿ ਖਾਲਿਸਤਾਨ ਬਣ ਗਿਆ, ਤੇ ਉਦੋਂ ਬਾਅਦ ਵਿੱਚ ਉਹਨਾਂ ਸਾਰਿਆਂ ਦੇ ਵਾਰਸ ਉਹਨਾਂ ਸਾਰਿਆਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਕੰਧਾਂ 'ਚ ਟੱਕਰਾਂ ਮਾਰਿਆ ਕਰਨਗੀਆਂ ਕਿ ਸਾਡੇ ਵੱਡੇ ਵਡੇਰੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ਼ ਭੁਗਤੇ ਸੀ, ਖਾਲਿਸਤਾਨ ਨਾਲ ਗਦਾਰੀ ਕਰਦੇ ਰਹੇ, ਤੇ ਉਦੋਂ ਉਹਨਾਂ ਲੋਕਾਂ ਦੇ ਨਾਂ ਸ਼ਾਨ ਨਾਲ ਲੈ ਜਾਣਗੇ ਜਿਹੜੇ ਇੰਨੇ ਭਿਆਨਕ ਸਮੇਂ ਵਿੱਚ ਵੀ ਪੰਥ ਲਈ ਡਟੇ ਰਹੇ, ਖਾਲਿਸਤਾਨ ਲਈ ਡਟੇ ਰਹੇ। ਸੋ ਪੰਥ ਨੂੰ ਸਮਰਪਿਤ ਕੌਮ ਦੇ ਸ਼ਹੀਦਾਂ ਨੂੰ, ਅੱਜ ਲੜਨ ਵਾਲੇ ਸੂਰਮਿਆਂ ਨੂੰ, ਸਾਰਿਆਂ ਨੂੰ ਸ਼ਰਧਾ ਤੇ ਸਤਿਕਾਰ ਨਾਲ ਫਤਿਹ ਅਰਜ ਕਰਦਾ ਹੋਇਆ ਇਹ ਅਹਿਦ ਦੁਹਰਾਉਣਾ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ ਤੇ ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੂ। ਇੱਥੇ ਸਮਾਪਤੀ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।